ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਨੋਜ ਜੋਸ਼ੀ ਸਵਾਗਤ ਕਰਦਾ ਹਾਂ। ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਜਿਹੜਾ ਹੈਗਾ ਅਖਾੜਾ ਸੱਜ ਚੁੱਕਿਆ ਹੈਗਾ ਅਤੇ ਉਮੀਦਵਾਰਾਂ ਦਾ ਐਲਾਨ ਹੋ ਰਿਹਾ ਹੈਗਾ। ਪਾਰਟੀਆਂ ਜਿਹੜੀਆਂ ਨੇ ਹਰ ਪਾਸੇ ਤੋਂ ਜਿਹੜੇ ਵੋਟਰ ਨੇ ਉਹਨਾਂ ਨੂੰ ਆਪਣੇ ਪੱਖ 'ਚ ਕਰਨ ਜੁਟੀਆਂ ਹੋਈਆਂ ਨੇ। ਪਰ ਫਰੀਦਕੋਟ ਦੀ ਗੱਲ ਕਰੀਏ, ਉੱਥੋਂ ਜਿਹੜੇ ਨੇ ਪੰਜਾਬੀ ਕਲਾਕਾਰ, ਅਸੀਂ ਕਹੀਏ ਗਾਇਕ ਨੇ, ਗਾਇਕ ਵੀ ਰਹੇ ਨੇ ਔਰ ਐਕਟਰ ਵੀ ਨੇ ਔਰ ਪੂਰੇ ਦੁਨੀਆਂ 'ਚ ਆਪਣਾ ਲੋਹਾ ਮਨਵਾਇਆ ਉਹਨਾਂ ਨੇ ਅਤੇ ਹੁਣ ਉਹ ਜੋ ਹੈ ਚੋਣ ਅਖਾੜੇ ਦੇ ਵਿੱਚ ਉਤਰੇ ਨੇ। ਉਹਨਾਂ ਨੂੰ ਫਰੀਦਕੋਟ ਤੋਂ ਜਿਹੜਾ ਹੈਗਾ ਉਹ ਆਪਣਾ ਉਮੀਦਵਾਰ ਬਣਾਇਆ ਗਿਆ। ਨਾਮ ਹੈ ਕਰਮਜੀਤ ਅਨਮੋਲ। ਅਨਮੋਲ ਸਾਹਿਬ, ਤੁਹਾਡਾ ਜੀਵਨ ਵਿੱਚ ਬਹੁਤ ਸਵਾਗਤ ਹੈ। ਥੈਂਕ ਯੂ ਜੀ ਮਨੋਜ ਜੀ, ਥੈਂਕ ਯੂ ਸੋ ਮਚ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਤੁਹਾਨੂੰ ਪਹਿਲੀ ਵਾਰ ਜੋ ਟਿਕਟ ਮਿਲੀ, ਤੁਹਾਨੂੰ ਐਲਾਨ ਹੋਇਆ, ਤੁਹਾਨੂੰ ਕਿਸ ਤਰ੍ਹਾਂ ਦੀ ਫੀਲਿੰਗ ਹੋਈ, ਤੁਸੀਂ ਕੀ ਸੋਚਿਆ ਕਿ ਟਿਕਟ ਕਿੱਦਾਂ ਮਿਲੀ ਹੈ? ਦੇਖੋ ਜੀ, ਅਚਾਨਕ ਹੀ ਇਹ ਮਤਲਬ ਹੋਇਆ, ਮੈਨੂੰ ਮਾਨ ਸਾਹਿਬ ਦਾ ਫੋਨ ਆਇਆ ਕਿ ਤੈਨੂੰ ਚੋਣ ਲੜਾ ਰਿਹਾ, ਅਤੇ ਮੈਂ ਤਾਂ ਕਿਹਾ ਵੀ ਮੈਂ ਤਾਂ ਅਜੇ ਪ੍ਰਪੇਅਰ ਨਹੀਂ ਹੈਗਾ ਜਾਂ ਵੀ ਅਜੇ ਬਿਜ਼ੀ ਵੀ ਬਹੁਤ ਹਾਂ, ਅਤੇ ਉਹ ਕਹਿੰਦੇ ਨਹੀਂ ਨਹੀਂ, ਅਤੇ ਲੋਕਾਂ ਨੇ ਤੈਨੂੰ ਬਿਜ਼ੀ ਕੀਤਾ, ਲੋਕਾਂ ਲਈ ਵੀ ਕੁਛ ਕਰ। ਅਤੇ ਮੇਰਾ ਫਿਰ ਮੈਂ ਆਪਣੇ ਕੋਰ ਸਰਕਲ ਦੇ ਵਿੱਚ ਸਾਰਿਆਂ ਨਾਲ ਸਲਾਹ ਸਲੂਹ ਕੀਤੀ, ਸਾਰਿਆਂ ਨੇ ਮਸ਼ਵਰਾ ਦਿੱਤਾ ਵੀ ਠੀਕ ਹੈ, ਕਈ ਵਾਰੀ ਜਦੋਂ ਓਪਰਚੁਨਿਟੀ ਕੋਲ ਆ ਪਾਉਂਦੀ ਚੱਲ ਕੇ ਤਾਂ ਉਹਦਾ ਫਾਇਦਾ ਲੈਣਾ ਚਾਹੀਦਾ, ਉਹ ਤੈਨੂੰ ਕਰਨਾ ਚਾਹੀਦਾ ਇਹ ਕੰਮ। ਅਤੇ ਤੁਸੀਂ ਕਾਫ਼ੀ ਮਤਲਬ ਕਿ ਤੁਸੀਂ ਕਹੀਏ ਕਿ ਅੱਜ ਤਾਂ ਚੋਣਾਂ 'ਚ ਆਏ ਹੋ, ਤੁਸੀਂ ਪਹਿਲਾਂ ਬਹੁਤ ਜ਼ਿਆਦਾ ਮਕਬੂਲ ਹੈਗੇ ਹੋ ਜੀ ਜੀ, ਤੁਹਾਨੂੰ ਕੀ ਲੱਗਦਾ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ? ਤੁਸੀਂ ਪਿਛਲੇ 15 ਦਿਨ ਤੋਂ ਮੇਰੇ ਖਿਆਲ ਚੋਣ ਅਖਾੜੇ ਜਾ ਰਹੇ ਹੋ, ਤਾਂ ਸਾਰੇ ਮੰਤਰੀ ਵੀ ਹੈਗੇ ਨੇ ਅਤੇ ਜਿਹੜੇ ਵਿਧਾਇਕ ਉਹ ਵੀ ਮਿਲ ਰਹੇ ਨੇ ਨਾਲ ਜਾ ਕੇ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕੇਜਰੀਵਾਲ ਸਾਹਿਬ ਦਾ ਅਤੇ ਮਾਨ ਸਾਹਿਬ ਦਾ, ਜਿਨ੍ਹਾਂ ਨੇ ਮੈਨੂੰ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਦੇ ਕੇ ਨਿਵਾਜਿਆ। ਬਾਕੀ ਜਿਸ ਦਿਨ ਅਨਾਊਂਸਮੈਂਟ ਹੋਈ ਤਾਂ ਮੇਰੇ ਕੋਲ ਬੜੇ ਵੀਡੀਓਜ਼ ਆਏ ਅਤੇ ਬੜੀਆਂ ਖਬਰਾਂ ਆਈਆਂ ਕਿ ਹਰੇਕ ਕੰਸਟੀਚੁਐਂਸੀ ਦੇ ਵਿੱਚ ਲੱਡੂ ਵੰਡੇ ਗਏ ਲੋਕਾਂ ਵੱਲੋਂ, ਅਤੇ ਉਹਨਾਂ ਦਾ ਪਿਆਰ ਹੀ ਹੈ ਜੀ। ਅਤੇ ਜਿਸ ਦਿਨ ਪਹਿਲੇ ਦਿਨ ਗਿਆ ਮੈਂ ਬਾਬਾ ਫਰੀਦ ਜੀ ਦੀ ਧਰਤੀ ਦੇ ਨਤਮਸਤਕ ਹੋਣ, ਉਸ ਦਿਨ ਵੀ ਮਤਲਬ ਜਨਤਾ ਦਾ ਭਰਪੂਰ ਹੁੰਗਾਰਾ ਮਿਲਿਆ, ਬੜੀ ਲੰਬੀ ਤਾਦਾਦ ਦੇ ਵਿੱਚ ਲੋਕ ਸਵਾਗਤ ਲਈ ਆਏ। ਅਤੇ ਬਾਕੀ ਉਸ ਤੋਂ ਬਾਅਦ ਵੀ ਜਦੋਂ ਪਿੰਡ ਪਿੰਡ ਗਏ, ਉੱਥੇ ਵੀ ਲੋਕਾਂ ਨੇ ਬਹੁਤ ਭਰਮਾ ਸਵਾਗਤ ਕੀਤਾ ਔਰ ਬੜਾ ਵਧੀਆ ਲੋਕਾਂ ਨੇ ਹੁੰਗਾਰਾ ਦਿੱਤਾ, ਬੜਾ ਪਿਆਰ ਜਿਤਾਇਆ, ਮਾਣ ਜਿਤਾਇਆ, ਇੱਜ਼ਤ ਜਿਤਾਈ। ਇਲੈਕਸ਼ਨ ਦੀ ਗੱਲ ਕਰੀਏ, ਇਲੈਕਸ਼ਨ ਦਾ ਤੁਸੀਂ ਪਹਿਲਾਂ ਵੀ ਕਾਫ਼ੀ ਸਕ੍ਰਿਯ ਰਹੇ ਹੋ ਕਿਉਂਕਿ ਸਭ ਦੱਸਦੇ ਨੇ ਕਿ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਤੁਸੀਂ ਹਮੇਸ਼ਾ ਹੁੰਦੇ ਸੀਗੇ ਜੀ ਜੀ, ਅਤੇ ਹੁਣ ਆਪਣੀ ਇਲੈਕਸ਼ਨ ਕੰਪੇਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਚਲਾਈ ਜਾਏਗੀ? ਦੇਖੋ ਜੀ, ਸਭ ਤੋਂ ਵੱਡਾ ਤਾਂ ਇਹ ਹੈ ਵੀ ਮਾਨ ਸਾਹਿਬ ਨੇ ਬਹੁਤ ਅੱਛੇ ਕੰਮ ਕੀਤੇ ਨੇ, ਲੋਕਾਂ ਨੇ ਕਾਫ਼ੀ ਮਤਲਬ ਉਹਨਾਂ ਨੂੰ ਚੰਗਾ ਹੁੰਗਾਰਾ ਦੇ ਰਹੇ ਨੇ ਲੋਕ, ਅਤੇ ਉਹਨਾਂ ਦੇ ਕੰਮਾਂ ਨੂੰ ਉਹਨਾਂ ਦੀ ਸਹਾਇਤਾ ਕਰ ਰਹੇ ਨੇ ਔਰ ਪਿੰਡ ਪਿੰਡ ਜਾ ਕੇ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਜਿਹੜੇ ਸੁਣੀਦੇ ਆ ਉਹਨਾਂ ਤੋਂ, ਅਤੇ ਉਹਦਾ ਬਹੁਤ ਫਾਇਦਾ ਮਿਲ ਰਿਹਾ, ਉਹਦਾ ਮੈਨੂੰ ਕਾਫ਼ੀ ਮਤਲਬ ਆਉਣ ਵਾਲੇ ਸਮੇਂ 'ਚ ਵੀ ਫਾਇਦਾ ਹੋਊਗਾ। ਪਿਛਲੀ ਵਾਰ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੋਏ, ਉਸ ਟਾਈਮ ਜਦੋਂ ਅਸੀਂ ਗੱਲ ਕੀਤੀ ਜਾਂਦੀ ਦਿੱਲੀ ਦਾ ਮਾਡਲ ਦਿਖਾਇਆ ਜਾਂਦਾ ਸੀਗਾ ਕਿ ਦਿੱਲੀ 'ਚ ਅਸੀਂ ਇਹ ਕੀਤਾ ਆ, ਆਮ ਆਦਮੀ ਪਾਰਟੀ ਨੇ ਇਹ ਕੰਮ ਕੀਤੇ ਨੇ, ਅਸੀਂ ਪੰਜਾਬ 'ਚ ਕਰਾਂਗੇ। ਪਰ ਹੁਣ ਤੁਹਾਡੇ ਕੋਲ 2 ਸਾਲ ਦੀ ਸਰਕਾਰ ਦਾ ਤਜਰਬਾ ਜੀ, ਸਰਕਾਰ ਦੇ ਕੰਮ ਨੇ, ਕੀ ਤੁਸੀਂ ਉਹ ਸਰਕਾਰ ਦੇ ਕੰਮ ਲੈ ਕੇ ਜਾਓਗੇ ਹੁਣ? ਬਿਲਕੁਲ ਜੀ, ਮੈਂ ਕਈ ਕੰਸਟੀਚੁਐਂਸੀਆਂ ਦੇ ਵਿੱਚ ਗਏ ਹਾਂ ਜਿੱਥੇ ਸਾਡੇ MLA ਸਾਹਿਬਾਨ ਆਪਣਾ ਰਿਪੋਰਟ ਕਾਰਡ ਵੀ ਲੈ ਕੇ ਗਏ ਨੇ, ਕਿਉਂਕਿ ਮੈਂ ਜਾ ਕੇ ਦੇਖਿਆ ਵੀ ਪਿੰਡ ਪਿੰਡ ਵੀ ਜਾ ਕੇ ਦੇਖਿਆ, ਸ਼ਹਿਰਾਂ 'ਚ ਵੀ ਕਈ ਜਗ੍ਹਾ 'ਤੇ ਕਰੋੜਾਂ ਦੇ ਕੰਮ ਹੋ ਚੁੱਕੇ ਨੇ, ਕਈਆਂ 'ਤੇ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ, ਮਤਲਬ ਲੋਕ ਬਹੁਤ ਖੁਸ਼ ਨੇ ਕੰਮਾਂ ਤੋਂ, ਅਤੇ ਉਹ ਚੀਜ਼ ਦਾ ਆਧਾਰ 'ਤੇ ਲੋਕ ਵੋਟਾਂ ਪਾਉਣਗੇ। ਔਰ ਜਿਵੇਂ ਮਾਨ ਸਾਹਿਬ ਦੀ ਸਰਕਾਰ ਨੂੰ ਸਿਰਫ ਅਜੇ 2 ਸਾਲ ਹੋਏ ਨੇ, 2 ਸਾਲਾਂ 'ਚ ਬਹੁਤ ਸਾਰੇ ਕੰਮ ਐਸੇ ਕੀਤੇ ਨੇ ਜਿਹੜੇ ਕਿ ਪਹਿਲੀਆਂ ਸਰਕਾਰਾਂ, ਤੁਸੀਂ ਪਿਛਲੀਆਂ ਸਰਕਾਰਾਂ ਦਾ ਦੇਖ ਲਓ, ਜਿਹੜੇ ਵੀ ਕੋਈ ਵਾਅਦੇ ਕਰਦੀਆਂ ਸੀ, ਗਰੰਟੀਆਂ ਦਿੰਦੀਆਂ ਸੀ, ਅਤੇ ਜਦੋਂ 6 ਮਹੀਨੇ ਰਹਿ ਜਾਂਦੇ ਸੀਗੇ ਉਹ 1 ਅੱਧੀ ਗਰੰਟੀ ਪੂਰੀ ਕਰ ਦਿੰਦੇ ਸੀ ਵੀ ਅੱਗੇ ਵੀ ਵੋਟਾਂ ਲੈਣੀਆਂ ਨੇ। ਪਹਿਲੀ ਮਾਨ ਸਰਕਾਰ ਇਹੋ ਜਿਹੀ ਸਰਕਾਰ ਹੈ ਜਿਹਨੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਗਰੰਟੀਆਂ ਦੇਣੀਆਂ ਸ਼ੁਰੂ ਕਰਤੀਆਂ ਸੀ, ਅਤੇ ਚਾਹੇ ਉਹ ਬਿਜਲੀ ਦਾ ਬਿੱਲ ਹੋਵੇ, ਚਾਹੇ ਉਹ ਘਰ ਘਰ ਨੌਕਰੀਆਂ ਹੋਣ, ਚਾਹੇ ਉਹ ਪਾਣੀ ਦਾ ਹੋਵੇ, ਚਾਹੇ ਉਹ ਐਜੂਕੇਸ਼ਨ ਦਾ ਹੋਵੇ, ਚਾਹੇ ਉਹ ਹੈਲਥ ਦਾ ਕੰਮ ਹੋਵੇ,
ਤੇ ਉਸ ਆਧਾਰ ਤੇ ਲੋਕ ਵੋਟਾਂ ਪਾਉਣਗੇ। ਤੇ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਕਿਹਾ ਤੁਹਾਨੂੰ ਆਸ਼ਵਾਸਨ ਦਿਆ ਕਿ ਮੈਂ ਤੁਹਾਡੇ ਹਲਕੇ ਜਾ ਕੇ ਕੰਪੇਨ ਕਰਾਂਗਾ? ਬਿਲਕੁਲ ਜੀ, ਉਹ ਕਹਿੰਦੇ ਸੀਗੇ ਵੀ ਆਵਾਂਗੇ ਤੇ ਹਜੇ ਕੱਲ ਹੀ ਮਿਲ ਕੇ ਆਏ ਸੀ ਉਹਨਾਂ ਨੂੰ ਪਰਸੋਂ, ਤੇ ਉਹ ਕਹਿੰਦੇ ਵੀ ਡਟੇ ਰਹੋ ਵੀ ਮੈਂ ਵੀ ਆਊਂਗਾ ਪ੍ਰਚਾਰ ਕਰਨ, ਤੇ ਵਧੀਆ ਮਤਲਬ ਹਿੰਮਤ ਰੱਖਿਓ, ਬਸ ਕੰਮ ਕਰਦੇ ਰਹੋ। ਪੁਰਾਣੀ ਤੁਸੀਂ ਜਿਹੜੇ ਸਰਕਾਰਾਂ ਦੀ ਗੱਲ ਕੀਤੀ ਹੈ, ਪੁਰਾਣੇ ਲੋਕਾਂ ਦੀ ਗੱਲ ਕੀਤੀ ਹੈਗੀ ਹੈ, ਅਤੇ ਹੁਣ ਇਸ ਟਾਈਮ ਜਿਹੜੇ ਨੇ ਤੁਹਾਡੇ ਕੋਲ ਉੱਥੇ ਹੰਸ ਰਾਜ ਹੰਸ ਮਤਲਬ ਕਿ ਕਲਾਕਾਰ, ਪਹਿਲਾਂ ਵੀ ਮੁਹੰਮਦ ਸਦੀਕ ਸੀਗੇ ਅਤੇ ਹੋ ਸਕਦਾ ਉਹਨਾਂ ਨੂੰ ਟਿਕਟ ਮਿਲ ਜਾਵੇ, ਹੁਣ ਹੰਸ ਰਾਜ ਹੰਸ ਆਏ ਨੇ, ਅਤੇ ਉਹਨਾਂ ਨੂੰ ਤੁਸੀਂ ਵੀ ਕਲਾਕਾਰ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਹੰਸ ਰਾਜ ਹੰਸ ਦਾ ਉੱਥੇ ਬੀਜੇਪੀ ਵੱਲੋਂ ਉਮੀਦਵਾਰ ਬਣਾਇਆ ਜਾਣਾ, ਇਸ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ? ਦੇਖੋ ਜੀ, ਮੈਂ ਤਾਂ ਜਿਸ ਤਰ੍ਹਾਂ ਦੇਖਦਾ, ਪਰ ਅਸਲੀ ਤਾਂ ਲੋਕਾਂ ਨੇ ਦੇਖਣਾ ਵੀ ਕਿਵੇਂ। ਹੰਸਰਾਜ ਜੀ ਮੇਰੇ ਰਿਸਪੈਕਟਰ ਨੇ, ਸਦੀਕ ਸਾਹਿਬ ਵੀ ਰਿਸਪੈਕਟਰ ਨੇ, ਸੀਨੀਅਰ ਨੇ, ਕਾਫੀ ਉਮਰ 'ਚ ਵੀ ਵੱਡੇ ਨੇ, ਰੁਤਬੇ 'ਚ ਵੀ ਵੱਡੇ ਨੇ, ਔਰ ਕਲਾਕਾਰੀ 'ਚ ਵੀ ਵੱਡੇ ਨੇ। ਸੋ ਮੈਂ ਤਾਂ ਉਹਨਾਂ ਦੀ ਰਿਸਪੈਕਟ ਕਰਦਾ ਜੀ, ਅਤੇ ਬਾਕੀ ਪਾਰਟੀਆਂ ਦਾ ਆਪੋ ਆਪਣੀ ਵਿਚਾਰਧਾਰਾ ਹੁੰਦੀ ਹੈ, ਉਹਨਾਂ ਦੀ ਅਲੱਗ ਹੈ, ਉਹ ਆਪਣੇ 'ਤੇ ਕਹਿਣਗੇ, ਸਾਡੀ ਅਲੱਗ ਹੈ, ਅਸੀਂ ਆਪਣੇ ਹਿਸਾਬ ਨਾਲ ਕਰਾਂਗੇ। ਅਤੇ ਬਾਕੀ ਲੋਕਾਂ ਨੇ ਦੇਖਣਾ ਜੀ ਕਿਹੜਾ ਉਮੀਦਵਾਰ ਉਹਨਾਂ ਨੂੰ ਚੰਗਾ ਲੱਗਦਾ, ਕਿਹੜੀ ਪਾਰਟੀ ਉਹਨਾਂ ਨੂੰ ਚੰਗੀ ਲੱਗਦੀ। ਜੇ ਅਸੀਂ ਗੱਲ ਕਰੀਏ ਕਿ ਇਹ ਕਲਾਕਾਰ ਦੀ ਸੀਟ ਬਣਦੀ ਜਾ ਰਹੀ ਹੈ, ਹਾਂਜੀ, ਤਾਂ ਤੂੰ ਉਸ ਨਾਲ ਲੋਕ ਕਿੱਦਾਂ ਤੁਹਾਨੂੰ ਮਤਲਬ ਕਿ ਸਾਰਿਆਂ ਨੂੰ ਲੜਾ ਕੇ ਰਿਐਕਟ ਕਰਨਗੇ? ਦੇਖੋ ਜੀ, ਲੋਕ ਬਹੁਤ ਖੁਸ਼ ਨੇ, ਕਿਉਂਕਿ ਕਲਾਕਾਰ ਹੁੰਦੇ ਹੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਨੇ, ਅਤੇ ਇੱਧਰ ਵੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਕਲਾ ਦੇ ਜ਼ਰੀਏ ਖੁਸ਼ ਕੀਤਾ ਲੋਕਾਂ ਨੂੰ, ਅਤੇ ਆਪਣੇ ਕੰਮਾਂ ਦੇ ਜ਼ਰੀਏ ਵੀ ਲੋਕਾਂ ਨੂੰ ਖੁਸ਼ ਕਰੀਏ, ਉਹਨਾਂ ਨੂੰ ਸੁੱਖ ਸਹੂਲਤਾਂ ਦੇ। ਤੁਸੀਂ ਹੁਣ ਆਪਣੇ ਹਲਕੇ 'ਚ ਘੁੰਮ ਰਹੇ ਹੈਗੇ ਹੋ, ਤੁਹਾਨੂੰ ਕੀ ਲੱਗਿਆ ਕਿ ਉੱਥੇ ਦੀ ਜਿਹੜੀ ਮੂਲ ਜਿਹੜੀ ਸਮੱਸਿਆ ਹੈਗੀ ਹੈ ਉਹ ਕੀ ਹੈਗੀ ਹੈ, ਕਿ ਜੇ ਮੈਨੂੰ MP ਬਣ ਜਾਂਦਾ ਮੈਂ ਇਹਨੂੰ ਹੈ ਇਹ ਸਮੱਸਿਆ ਸਭ ਤੋਂ ਪਹਿਲਾਂ ਚੱਕਣੀ ਹੈ, ਠੀਕ ਕਰਵਾਉਣੀ ਹੈ? ਸਭ ਤੋਂ ਪਹਿਲਾਂ ਤਾਂ ਫਰੀਦਕੋਟ ਨੂੰ ਹਰਿਆ ਭਰਿਆ ਬਣਾਉਣਾ ਜੀ, ਉੱਥੇ ਇਨਵਾਇਰਮੈਂਟ 'ਤੇ ਕੰਮ ਕਰਨਾ, ਵੱਧ ਤੋਂ ਵੱਧ ਬੇਲ ਬੂਟੇ ਦਰਖਤ ਲਾ ਕੇ ਉੱਥੇ ਉਹਨੂੰ ਉਸ ਧਰਤੀ ਲੱਗੇ ਕਿ ਬਾਬਾ ਫਰੀਦ ਦੀ ਧਰਤੀ ਹੈ, ਹਰਿਆਵਲ ਪੂਰੀ ਉੱਥੇ ਮਤਲਬ ਦਿਸੇ ਸਾਰੇ ਪਾਸੇ, ਅਤੇ ਸਭ ਤੋਂ ਪਹਿਲਾਂ ਕੰਮ ਮੈਂ ਇਹੀ ਕਰਨਾ ਚਾਹੂੰਗਾ। ਅਤੇ ਹਲਕਾ ਫਰੀਦਕੋਟ ਦੀ ਆਪਾਂ ਗੱਲ ਕਰਦੇ ਹਾਂ, ਤਾਂ ਕਾਂਗਰਸ ਕੋਲ ਰਹੀ ਹੈ ਪਿਛਲੀ ਵਾਰੀ, ਕਾਂਗਰਸ ਦੇ ਮੁਹੰਮਦ ਸਦੀਕ ਜਿੱਤਦੇ ਨੇ, ਅਤੇ ਕਿੰਨੇ ਕੰਮ ਲੈ ਗਿਆ ਤੁਹਾਨੂੰ ਲੱਗਦਾ ਕਿ ਕੰਮ ਹੋਏ ਨੇ ਕੋਈ ਤੁਹਾਡੇ ਕੋਲ? ਕਹਿਣ ਦੀ ਗੱਲ ਹੈ ਕਿ ਕਾਂਗਰਸ ਨੇ ਕਿੰਨੇ ਕੰਮ ਕੀਤੇ ਆ, ਕੋਈ ਕੰਮ ਹੋਇਆ ਨਹੀਂ ਹੈਗਾ, ਕੋਈ ਇਸ ਤਰ੍ਹਾਂ ਦਾ ਕੋਈ ਆਪਣੇ ਅੰਕੜਾ ਤਿਆਰ ਕੀਤਾ ਹੈਗਾ? ਦੇਖੋ ਜੀ, ਜਿਵੇਂ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਹੈ ਅਤੇ ਲੋਕ ਖੁਸ਼ ਨੇ, ਅਤੇ ਐਂ ਲੱਗਦਾ ਵੀ ਪਹਿਲਾਂ ਕੋਈ ਕੰਮ ਹੋਇਆ ਹੀ ਨਹੀਂ ਉੱਥੇ, ਕਿਉਂਕਿ ਤੁਸੀਂ ਦੇਖਿਆ ਹੋਊਗਾ, ਕਈ ਵੀਡੀਓਜ਼ ਵੀ ਦੇਖੇ ਹੋਣਗੇ, ਹੁਣ ਲੋਕ ਮਿਲਦੇ ਵੀ ਹੈ ਕਿ ਕਈ ਪਿੰਡਾਂ ਦੇ ਵਿੱਚ ਨਹਿਰ ਦਾ ਪਾਣੀ, ਲੋਕ ਕਹਿੰਦੇ ਵੀ ਅਸੀਂ ਆਪਣੀ ਉਮਰ 'ਚ 40-40 ਸਾਲ ਦੇ ਹੋ ਗਏ ਵੀ ਅਸੀਂ ਆਪਣੀ ਉਮਰ ਦੇ ਵਿੱਚ ਪਹਿਲੀ ਵਾਰ ਸਾਡੇ ਪਿੰਡ ਨਹਿਰ ਦਾ ਪਾਣੀ ਆਇਆ ਦੇਖਿਆ, ਕਿਉਂਕਿ ਨਹਿਰਾਂ ਦੇ ਪਾਣੀ 'ਤੇ ਇੰਨਾ ਵਧੀਆ ਕੰਮ ਕੀਤਾ ਮਾਨ ਸਾਹਿਬ ਨੇ ਕਿ ਪਹਿਲਾਂ ਜਿੱਥੇ 40-45% ਲੋਕ ਯੂਜ਼ ਕਰਦੇ ਸੀ ਅਤੇ ਉਹ ਰੇਸ਼ੋ ਨੂੰ 70% ਤੱਕ ਲੈ ਕੇ ਗਏ ਨੇ। ਨਹਿਰੀ ਪਾਣੀ ਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਸਾਡਾ ਧਰਤੀ ਹੇਠਲਾ ਪਾਣੀ ਬਚਦਾ, ਬਾਕੀ ਨਹਿਰੀ ਪਾਣੀ ਫਸਲਾਂ ਲਈ ਵੀ ਅੰਮ੍ਰਿਤ ਦਾ ਕੰਮ ਕਰਦਾ, ਜਿੰਨਾ ਫਸਲਾਂ ਲਈ ਨਹਿਰੀ ਪਾਣੀ ਵਧੀਆ ਰਹਿੰਦਾ ਉਨਾ ਸਾਡਾ ਧਰਤੀ ਹੇਠਲਾ ਪਾਣੀ ਵਧੀਆ ਨਹੀਂ ਰਹਿੰਦਾ, ਕਿਉਂਕਿ ਉਹਦੇ ਨਾਲ ਪੈਦਾਵਾਰ ਵੀ ਵੱਧ ਹੁੰਦੀ ਹੈ ਅਤੇ ਸਾਡੀਆਂ ਜ਼ਮੀਨਾਂ ਜਿਹੜੀਆਂ ਰੇਹਾਂ ਸਪਰੇਹਾਂ ਦੇ ਨਾਲ ਵੀ ਖਰਾਬ ਹੋ ਚੁੱਕੀਆਂ, ਉਹਦੇ ਤੋਂ ਵੀ ਨਿਜ਼ਾਤ ਮਿਲਦੀ। ਅਤੇ ਜੇ ਆਪਾਂ ਗੱਲ ਕਰਦੇ ਹਾਂ, ਅਸੀਂ ਪਾਣੀ ਦੀ ਗੱਲ ਕੀਤੀ, ਖੇਤੀ ਦੀ ਗੱਲ ਕੀਤੀ ਹੈਗੀ, ਖੇਤੀ ਨੂੰ ਲੈ ਕੇ ਉੱਥੇ ਹੋਰ ਕੰਮ ਵੀ ਹੋਣ ਵਾਲੇ ਹੈਗੇ, ਜਿਹੜਾ ਪਾਣੀ ਦਾ ਆਪਾਂ ਪਹੁੰਚਾ ਦਿੱਤਾ ਹੈਗਾ, ਜਿਹੜੀ ਇਹ ਗੱਲ ਸਹੀ ਹੈ ਕਿ ਹਰ ਕਿਸਾਨ ਕਹਿੰਦਾ ਪਿੰਡ ਜਾਓ ਕਿ ਪਾਣੀ ਪਹਿਲਾਂ ਆਉਂਦਾ ਨਹੀਂ ਸੀਗਾ, ਸੁੱਕ ਗਿਆ ਸੀਗਾ, ਹੁਣ ਪਹੁੰਚਿਆ, ਅਤੇ ਕਿ ਹੋਰ ਉੱਥੇ ਵੀ ਕੰਮ ਕੋਈ ਖੇਤੀ ਵਾਸਤੇ ਹੋਣ ਵਾਲੀ ਹੈ? ਨਹਿਰੀ ਪਾਣੀ ਦੀ ਗੱਲ ਬਹੁਤ ਜ਼ਿਆਦਾ ਹੁੰਦੀ ਹੈ। ਹਾਂਜੀ, ਦੇਖੋ ਜੀ, ਪੰਜਾਬ ਜਿਹੜਾ ਸੂਬਾ ਸਾਡਾ ਖੇਤੀ ਪ੍ਰਧਾਨ ਸੂਬਾ, ਇਹਦੇ ਲਈ ਕੋਈ ਵਿਸ਼ੇਸ਼ ਜਿਹੜੀ ਪੋਲਿਸੀ ਬਣਨੀ ਚਾਹੀਦੀ ਹੈ ਖੇਤੀਬਾੜੀ ਬਾਰੇ, ਜਿਹਦੇ ਨਾਲ ਹਰ ਇੱਕ ਵਰਗ ਖੁਸ਼ ਹੋਵੇ, ਹਰ ਇੱਕ ਚਾਹੇ ਉਹ ਛੋਟਾ ਕਿਸਾਨ 1-2 ਕਿੱਲੇ ਵਾਲਾ, ਚਾਹੇ ਵੱਡਾ ਕਿਸਾਨ ਹੈ, ਹਰ ਇੱਕ ਨੂੰ ਵਧੀਆ ਮਤਲਬ ਉੱਦਾਂ ਦਾ ਉਹ ਮਿਲੇ, ਉਹੋ ਜਿਹੀ ਕੋਈ ਪੋਲਿਸੀ ਹੋਣੀ ਚਾਹੀਦੀ ਹੈ। ਪਿਆਰ, ਅਕਾਲੀ ਬੀਜੇਪੀ ਪਹਿਲਾਂ ਇਕੱਠੇ ਹੁੰਦੇ ਸੀਗੇ, ਇਸ ਵਾਰ ਉਹ ਅਲੱਗ ਅਲੱਗ ਆ ਰਹੇ ਹੈ। ਬੀਜੇਪੀ ਸਾਰੇ ਪੰਜਾਬ ਦੇ ਵਿੱਚ ਆਪਣੇ ਉਮੀਦਵਾਰ ਉਤਾਰ ਰਹੀ ਹੈ, ਇਸੇ ਦੇ ਤਹਿਤ ਜਿਹੜਾ ਹੈਗਾ ਹੰਸਰਾਜ ਹੰਸ ਨੂੰ ਇੱਥੇ ਲਿਆਂਦਾ ਗਿਆ। ਕਿਆ ਲੱਗਦਾ ਕਿ ਉੱਥੇ ਜਿਹੜੀ ਬੀਜੇਪੀ ਦੀ ਜਿਹੜੀ ਹੈਗੀ ਹੈ ਇਸ ਵਾਰ ਦੀ ਮਨਸਾ ਕਿ ਪੂਰੀ ਹੋਣ ਜਾ ਰਹੀ ਹੈ, ਕਿ ਬੀਜੇਪੀ ਕਹਿੰਦੀ ਅਸੀਂ ਪੰਜਾਬ ਦੇ ਪੂਰਾ ਮੁਕਾਬਲਾ ਦੇਵਾਂਗੇ? ਜੀ, ਅਤੇ ਉਹਨਾਂ ਦੀ ਸੋਚ ਹੈ ਜੀ, ਬਾਕੀ ਲੋਕਾਂ ਨੇ ਦੇਖਣਾ,
ਕਿ ਕਿਹਨੂੰ ਵੋਟ ਪਾਉਣੀ ਹੈ ਅਤੇ ਕਿਹਨੂੰ ਜਿਤਾਉਣਾ, ਕਿਹਨੂੰ ਹਰਾਉਣਾ, ਉਹ ਲੋਕਾਂ ਦੇ ਹੱਥ ਵਿੱਚ ਹੈ। ਆਪ ਤਾਂ ਹਰੇਕ ਹੀ ਕਹਿੰਦਾ ਕਿ ਮੈਂ ਜਿੱਤੂੰਗਾ ਮੈਂ ਜਿੱਤੂੰਗਾ, ਉਹ ਲੋਕਾਂ ਨੇ ਫੈਸਲਾ ਕਰਨਾ, ਜਿਹੜਾ ਉਹਨਾਂ ਨੂੰ ਪਾਰਟੀ ਚੰਗੀ ਲੱਗੀ, ਜਿਹੜਾ ਉਮੀਦਵਾਰ ਚੰਗਾ ਲੱਗਿਆ ਉਹਨਾਂ ਨੂੰ ਜਿਤਾਉਣਾ। ਮੁੱਖ ਮੰਤਰੀ ਕਹਿੰਦੇ 13-0 ਜੀ, 13-0 ਕਰਨਾ ਹੈਗਾ, ਉਹਦੇ ਲਈ ਤੁਸੀਂ ਇੱਕ ਮਤਲਬ ਕਿ ਅਨਮੋਲ ਜਿਹੜੇ ਨੇ ਤੁਹਾਨੂੰ ਲੈ ਕੇ ਆਏ ਨੇ, ਵੀ ਕਿਹਾ ਵੀ ਇਹ ਵੀ ਮੇਰੇ ਅਨਮੋਲ ਰਤਨ ਹੈ ਕਿ ਉੱਥੇ ਤਾਰੇ ਨੇ। ਦੇਖੋ ਜੀ, ਪੂਰੀ ਹੱਡ ਤੋੜਵੀਂ ਮਿਹਨਤ ਕਰਾਂਗੇ, ਗਲੀ ਗਲੀ ਮਹੱਲੇ ਮਹੱਲੇ ਜਾਵਾਂਗੇ, ਜਿੱਥੇ ਦੀ ਵੀ ਕੋਈ ਸਮੱਸਿਆ ਆਵਾਂਗੇ ਉਹ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ, ਵੱਧ ਤੋਂ ਵੱਧ ਕੰਮ ਕਰਾਂਗੇ। ਡਿਵੈਲਪਮੈਂਟ ਦੇ ਕੰਮ ਹੋ ਵੀ ਰਹੇ ਨੇ, ਪਿੰਡ ਪਿੰਡ ਜਾ ਕੇ ਦੇਖਿਆ, ਸ਼ਹਿਰਾਂ ਦੇ ਵਿੱਚ ਵੀ ਦੇਖਿਆ। ਬਾਕੀ ਇਸ ਚੀਜ਼ ਨੂੰ ਜਿਹੜੇ ਇਹ 2 ਸਾਲਾਂ 'ਚ ਹੋਏ ਨੇ, ਵੀ ਪਰਮਾਤਮਾ ਸੁੱਖ ਰੱਖੇ ਜੀ, ਵੀ ਜੇ ਮੌਕਾ ਮਿਲਦਾ ਤਾਂ ਇਹ ਅਗਲੇ 3 ਸਾਲਾਂ 'ਚ ਤਿੱਗਣੇ ਕਰਾਂਗੇ। ਅਤੇ ਤੁਸੀਂ ਕਲਾਕਾਰ ਰਹੇ ਹੋ, ਹੁਣ ਤੁਸੀਂ ਲੀਡਰ ਬਣ ਗਏ ਹੋ। ਰਹੇ ਨਹੀਂ ਹੈਗਾ ਅੱਜ ਵੀ। ਚਲੋ, ਕਲਾਕਾਰ ਤੁਸੀਂ ਆਪਣੀ ਮਲਕੂਰ ਰਹੇ ਹੋ, ਹੁਣ ਵੀ ਕਲਾਕਾਰ ਹੋ, ਬਿਲਕੁਲ ਸਹੀ ਗੱਲ ਹੈ। ਅਤੇ ਸਾਡੇ ਮੁੱਖ ਮੰਤਰੀ ਜੀ ਵੀ ਕਲਾਕਾਰ ਰਹੇ ਨੇ, ਦੇਖੋ ਜੀਵਨ ਸ਼ੈਲੀ 'ਚ ਫਰਕ ਪੈ ਜਾਂਦਾ। ਜੀ ਜੀ, ਪਹਿਲਾਂ ਆਪਾਂ ਹੋਤਰਾ ਆਉਂਦੇ ਹਾਂ, ਫਿਰ ਆਪਾਂ ਲੋਕਾਂ 'ਚ ਚੱਲ ਜਾਂਦੇ ਹਾਂ, ਅਤੇ ਕਿਆ ਫਰਕ ਤੁਹਾਨੂੰ ਲੱਗਦਾ ਕਿ ਤੁਹਾਡੇ ਜਿਹੜਾ ਹੈਗਾ ਜੀਵਨ ਸ਼ੈਲੀ ਦੇ ਵਿੱਚ, ਕਹੀਏ ਵੀ ਰੋਜ਼ਮਰਾ ਦੇ ਵਿੱਚ ਕਿਆ ਫਰਕ ਪੈ ਗਿਆ? ਦੇਖੋ, ਪਹਿਲਾਂ ਲੋਕ ਚੱਲ ਕਹਿੰਦੇ ਸੀ, ਹੁਣ ਲੋਕਾਂ ਕੋਲ ਚੱਲ ਕੇ ਜਾਣਾ ਪੈਂਦਾ, ਇਹ ਫਰਕ ਤਾਂ ਹੈਗਾ। ਕਿਉਂਕਿ ਦੇਖੋ, ਜ਼ਿੰਦਗੀ 'ਚ ਆਪਦੇ ਲਈ ਹਰ ਇੱਕ ਬੰਦਾ ਕਰਦਾ, ਬਹੁਤ ਕੁਛ ਕਰਦਾ। ਮੈਂ ਵਧੀਆ, ਮੇਰਾ ਕੈਰੀਅਰ ਹੈ, ਅੱਜ ਵੀ ਮੇਰੇ ਕੋਲ ਬਥੇਰੀਆਂ ਫਿਲਮਾਂ ਨੇ ਜਿਹੜੀਆਂ ਮੈਂ ਕਰੂੰਗਾ ਵੀ। ਅਤੇ ਪਿਛਲੇ 10-11 ਸਾਲਾਂ ਤੋਂ ਮਤਲਬ ਇੰਨਾ ਕੁ ਕੰਮ ਹੈ ਪਰਮਾਤਮਾ ਦੀ ਕਿਰਪਾ ਨਾਲ ਕਿ ਮੈਂ ਆਪਣੀ ਫੈਮਿਲੀ ਨੂੰ ਵੀ ਉਨਾ ਟਾਈਮ ਨਹੀਂ ਦੇ ਪਾਉਂਦਾ ਜਿੰਨਾ ਬਣਦਾ। ਪਰ ਆਪਣੇ ਲਈ ਸਾਰੇ ਕਰਦੇ ਨੇ, ਕੁਛ ਲੋਕਾਂ ਲਈ ਵੀ ਕਰਨਾ ਚਾਹੀਦਾ। ਜੇ ਲੋਕਾਂ ਨੇ ਇੰਨੇ ਪਿਆਰ ਦੇ ਕੇ ਅੱਖਾਂ 'ਤੇ ਬਿਠਾਇਆ ਤਾਂ ਹੁਣ ਮੌਕਾ ਇਹ ਵੀ ਹੈ ਵੀ ਕੁਛ ਨਾ ਕੁਛ, ਜੇ ਮੈਂ ਉਹ ਫੁੱਲ ਟਾਈਮ ਉੱਧਰ ਸੀ ਤਾਂ ਘੱਟ ਤੋਂ ਘੱਟ ਅੱਧਾ ਟਾਈਮ ਮੈਂ ਹੁਣ ਇੱਧਰ ਵੀ ਲੋਕਾਂ ਲਈ ਵੀ ਦੇਵਾਂ। ਅਤੇ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਹੁਣ ਲੋਕਾਂ ਲਈ ਟਾਈਮ ਦਿੰਦਾ, ਜਿਹੜੀ ਧਰਮ ਪਤਨੀ ਹੈਗੀ ਹੈ ਉਹਦੀ ਗੱਲ ਕਰਾਂਗੇ, ਉਹਨਾਂ ਦਾ ਕਿੰਨਾ ਸਾਥ ਮਿਲ ਰਿਹਾ, ਘਰ ਦਾ, ਮਾਤਾ ਜੀ ਦਾ ਸਾਥ ਕਿਸ ਤਰ੍ਹਾਂ ਤੁਹਾਨੂੰ ਸਾਥ ਮਿਲ ਰਿਹਾ? ਦੇਖੋ ਜੀ, ਮਾਤਾ ਜੀ ਤਾਂ ਮੇਰੇ ਸਵਰਗਵਾਸ ਹੋ ਗਏ ਸੀਗੇ 17 'ਚ। ਵਾਈਫ ਦਾ ਬਹੁਤ ਸਪੋਰਟ ਹੈ ਜੀ, ਮੇਰੇ ਫੀਲਡ ਦੇ ਵਿੱਚ ਵੀ ਬਹੁਤ ਸਪੋਰਟ ਰਹੀ, ਉਹਨਾਂ ਦੇ ਵੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਤਾਂ ਇੱਥੇ ਤੱਕ ਪਹੁੰਚੇ, ਔਰ ਮਾਂ ਦਾ ਹਮੇਸ਼ਾ ਆਸ਼ੀਰਵਾਦ ਰਿਹਾ। ਅਤੇ ਬਾਕੀ ਇਸ ਲਾਈਨ ਦੇ ਵਿੱਚ ਵੀ ਉਹਨਾਂ ਨੂੰ ਵੀ ਜ਼ਿਆਦਾ ਸੀਗਾ ਕਿ ਮੈਂ ਇਸ ਲਾਈਨ 'ਚ ਹੋਵਾਂ, ਕੋਈ ਫਿਕਰ ਨਾ ਕਰੋ ਵੀ ਮੈਂ ਆਪੇ ਘਰ ਸੰਭਾਲ ਲੂੰ। ਪਹਿਲਾਂ ਵੀ ਉਹਨਾਂ ਨੇ ਸੰਭਾਲਿਆ ਘਰ, ਮੇਰੇ ਮਾਂ ਪਿਓ, ਮੇਰੇ ਭੈਣ ਭਰਾ, ਜਿਨ੍ਹਾਂ ਨੂੰ ਵੀ ਕੋਈ ਵੀ ਰਿਸ਼ਤੇਦਾਰੀ 'ਚ ਵੀ ਜਿੰਨੀਆਂ ਵੀ ਮੇਰੀਆਂ ਜ਼ਿੰਮੇਵਾਰੀਆਂ ਸੀ ਉਹਨਾਂ ਨੇ ਉਠਾਈਆਂ। ਅਤੇ ਹੁਣ ਉਹ ਕਹਿੰਦੇ ਕੋਈ ਗੱਲ ਨਹੀਂ, ਡਬਲ ਜ਼ਿੰਮੇਵਾਰੀ ਮੈਂ ਹੋਰ ਉਠਾ ਲੂੰ, ਕੋਈ ਨਹੀਂ ਤੁਸੀਂ ਆਪਣਾ ਲੋਕਾਂ ਲਈ ਕੰਮ ਕਰੋ। ਜੀ, ਤੁਹਾਨੂੰ ਡਬਲ ਸਪੋਰਟ ਮਿਲ ਰਹੀ ਹੈ, ਘਰ ਤੋਂ ਮਿਲ ਰਹੀ ਹੈ, ਹਾਂਜੀ, ਅਤੇ ਭਗਵੰਤ ਸਿੰਘ ਮਾਨ ਜੀ ਤੁਹਾਡੇ ਸਾਥੀ ਰਹੇ ਨੇ, ਦੋਸਤ ਰਹੇ ਨੇ, ਉਹਨਾਂ ਵੱਲੋਂ ਪੂਰੀ ਮਿਲ ਰਹੀ ਹੈ। ਬਿਲਕੁਲ ਜੀ। ਅਤੇ ਕੁਛ ਆਪਾਂ ਸਵਾਲ ਲੈਂਦੇ ਹਾਂ ਤੁਹਾਡੇ, ਮਤਲਬ ਕਿ ਜਿਹੜਾ ਹਲਕਾ ਹੈਗਾ ਉੱਥੇ ਦੇ ਜਿਹੜੀਆਂ ਔਰਤਾਂ ਨੇ, ਕਿਉਂਕਿ ਉੱਥੇ ਤਕਰੀਬਨ 7.5 ਲੱਖ ਵੋਟਰ ਜਿਹੜੀਆਂ ਨੇ ਔਰਤਾਂ ਨੇ, ਉਹਨਾਂ ਦੇ ਲੜਕੀਆਂ ਵੀ ਹੈ, ਮਾਤਾ ਵੀ ਮੈਂ ਭੈਣਾਂ ਵੀ ਹੈਗੇ ਨੇ, ਉਹਨਾਂ ਦੇ ਸਵਾਲ ਆਪਾਂ ਲੈਂਦੇ ਹਾਂ। ਇੱਕ ਸਵਾਲ ਆਇਆ ਨਸ਼ੇ ਨੂੰ ਲੈ ਕੇ, ਕਹਿੰਦੇ ਵੀ ਵੋਟ ਤਾਂ ਅਸੀਂ ਪਾਉਣ ਜਾਂਦੇ ਹਾਂ ਪਰ ਨਸ਼ੇ ਨੂੰ ਲੈ ਕੇ ਕੀ ਕੀਤਾ ਜਾਊਗਾ, ਨਸ਼ਾ ਅਸੀਂ ਕਿੱਦਾਂ, ਇਹ ਨਾਮ ਹੈਗਾ ਇਹਨਾਂ ਦਾ ਅਮਰਜੀਤ ਕੌਰ ਨੇ, ਇਹ ਪੁੱਛਦੇ ਵੀ ਨਸ਼ੇ ਨੂੰ ਲੈ ਕੇ ਕੀ ਕੰਮ ਕਰਦੇ, ਕਿਉਂਕਿ ਕਾਫੀ ਚਰਚਾ ਪੰਜਾਬ 'ਚ ਨਸ਼ੇ ਦੀ। ਸਰ, ਮੇਰਾ ਨਾਮ ਅਮਰਜੀਤ ਹੈ। ਮੈਂ ਚਾਹੁੰਦੀ ਹਾਂ ਕਿ ਸਰਕਾਰ ਵੀ ਚਾਹੇ ਕਿ ਨਸ਼ੇ ਨੂੰ ਜੜ ਤੋਂ ਖਤਮ ਕਰੇ, ਅਤੇ ਮੇਰਾ ਮੋਟਿਵ ਇਹੀ ਹੈ ਕਿ ਮੈਂ ਤਾਂ ਉਹਨਾਂ ਨੂੰ ਹੀ ਵੋਟ ਪਾਊਂਗੀ ਜੋ ਵੋਟ ਨੂੰ, ਜੋ ਨਸ਼ੇ ਪੱਤੇ ਦੇ ਖਿਲਾਫ ਖੜਾ ਹੋਵੇਗਾ। ਦੇਖੋ ਜੀ, ਜਿਹੜੀ ਸਭ ਤੋਂ ਇਸ ਚੀਜ਼ ਦੀ ਜੜ ਹੈ ਉਹ ਹੈ ਬੇਰੁਜ਼ਗਾਰੀ। ਜਦੋਂ ਬੰਦਾ ਬੇਰੁਜ਼ਗਾਰ ਹੁੰਦਾ, ਵਿਹਲਾ ਹੁੰਦਾ, ਤਾਂ ਉਹਦੇ ਮਨ 'ਚ ਮਾੜੇ ਮਾੜੇ ਥੋਟ ਆਉਂਦੇ ਆ, ਭੈੜੇ ਭੈੜੇ ਥੋਟ ਆਉਂਦੇ ਆ, ਗਲਤ ਥੋਟ ਆਉਂਦੇ ਆ, ਗਲਤ ਵਿਚਾਰ ਆਉਂਦੇ ਆ। ਅਤੇ ਜਦੋਂ ਬੰਦਾ ਕੰਮ 'ਚ ਹੁੰਦਾ ਉਦੋਂ ਉਹਨੂੰ ਆਪਣੇ ਕੰਮ ਤੋਂ ਫੁਰਸਤ ਨਹੀਂ ਹੁੰਦੀ, ਹੋਰ ਕੋਈ ਕਿਸੇ ਵੱਲ ਦੇਖਦੇ ਨਹੀਂ। ਸਭ ਤੋਂ ਵੱਡੀ ਗੱਲ ਹੈ ਕਿ ਕੁਛ ਬੇਰੁਜ਼ਗਾਰੀ ਹੈ ਜਿਹੜੀ ਕੁਛ ਹੱਦ ਤੱਕ ਮਾਨ ਸਰਕਾਰ ਨੇ ਆ ਪਿਛਲੇ 2 ਸਾਲਾਂ 'ਚ 42,000 ਨੌਕਰੀਆਂ ਦਿੱਤੀਆਂ ਨੇ, ਉਹ ਵੀ ਯੋਗ ਵਿਅਕਤੀਆਂ ਨੂੰ ਦਿੱਤੀਆਂ ਨੇ, ਇਹ ਨਹੀਂ ਕੋਈ ਕਿਸੇ ਸਕੇ ਸੰਬੰਧੀ ਨੂੰ ਨਹੀਂ। ਅਤੇ ਬਾਕੀ ਜਿਹੜੀ ਨਸ਼ੇ, ਜਿਹੜੀ ਇਹ ਚੀਜ਼ ਹੈ ਦਲਦਲ, ਇਹ ਅੱਜ ਤੋਂ ਨਹੀਂ, ਮੈਂ
ਮੇਰਾ ਖਿਆਲ ਵੀ ਉਹ ਗੀਤ ਮਾਨ ਸਾਹਿਬ ਦਾ ਹੋਊਗਾ, 80ਵਿਆਂ ਦਾ, 1980 'ਚ ਆਇਆ ਸੀਗਾ, ਨਸ਼ਿਆਂ ਨੇ ਪੱਟ 'ਤੇ ਪੰਜਾਬੀ ਗੱਭਰੂ, ਕੜਕਣ ਹੱਡੀਆਂ ਵਜਾਉਣ ਡਮਰੂ। ਇਹ ਬਹੁਤ ਚਿਰ ਤੋਂ ਮਤਲਬ ਇਹ ਹੋ ਰਿਹਾ, ਨਸ਼ੇ ਦਾ ਜਿਹੜਾ ਕਾਰੋਬਾਰ ਹੈ ਜਾਂ ਨਸ਼ੇ ਦੀ ਦਲਦਲ 'ਚ ਫਸਿਆ, ਇਹ ਇੰਨੀ ਜਲਦੀ ਨਹੀਂ, ਹੌਲੀ ਹੌਲੀ ਮਾਨ ਸਰਕਾਰ ਕਰ ਰਹੀ ਹੈ। ਜਦੋਂ ਘਰ ਘਰ ਨੌਕਰੀ ਹੋ ਗਈ, ਸਾਰੇ ਆਪੇ ਸੁਖੀ ਹੋ ਗਏ, ਤਾਂ ਇੱਧਰ ਨੂੰ ਇਹ ਜੜ ਚੀਜ਼, ਇਸ ਚੀਜ਼ ਦੀ ਮਤਲਬ ਜੜ ਜਿਹੜੀ ਬੇਰੁਜ਼ਗਾਰੀ ਹੈ, ਉਹ ਖਤਮ ਹੋ ਗਈ, ਸਾਰਾ ਕੁਛ ਖਤਮ ਹੋ ਗਿਆ। ਬਿਲਕੁਲ, ਮਾਨ ਸਾਹਿਬ ਵੀ ਕਹਿੰਦੇ ਨੇ ਕਿ ਜੋ ਨਸ਼ੇ ਹੈਗੇ, ਅਸੀਂ ਨਸ਼ੇ ਦੀ ਜਿਹੜੀ ਉਹ ਹੈਗੀ ਹੈ ਜਿੱਥੋਂ ਆਉਂਦਾ ਉਹਨੂੰ ਤੋੜ ਰਹੇ ਹਾਂ, ਪਰ ਜਿਹੜਾ ਨਸ਼ਾ ਕਰਦਾ ਅਸੀਂ ਉਹਨੂੰ ਸੋਚਦੇ ਕਿ ਮਰੀਜ਼ ਹੈ, ਅਸੀਂ ਉਸਦਾ ਇਲਾਜ ਵੀ ਕਰਦੇ ਹਾਂ। ਇਸ ਹੋਰ ਸਰਕਾਰ ਕੰਮ ਕਰਦੀ, ਇੱਕ ਹੋਰ ਨੇ ਕਰਨਦੀਪ ਕੌਰ ਨੇ, ਜਿਹੜੇ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਦੇ ਉੱਪਰ ਸਵਾਲ ਕਰਦੇ, ਪਿਛਲੀ ਸਰਕਾਰ ਨੇ ਕੁਛ ਨਹੀਂ ਕੀਤਾ, ਮੈਂ ਵੋਟ ਪਾਉਣ ਜਾਂਦੀ ਹਾਂ, ਮੈਂ ਵੋਟ ਪਾਉਣ ਲਈ ਸਭ ਨੂੰ ਕਹਾਂਗੀ, ਪਰ ਕਹਿੰਦੀ ਪਿਛਲੀ ਸਰਕਾਰ ਨੇ ਕੁਛ ਨਹੀਂ ਕੀਤਾ, ਕਿ ਤੁਸੀਂ ਜਿਹੜੀ ਸਰਕਾਰ, ਆਪਣੀ ਸਰਕਾਰ ਹੈਗੀ ਆ, ਉਹ ਹੋਰ ਕੀ ਕਰੇਗੀ? ਮੇਰਾ ਨਾਮ ਕਰਨਦੀਪ ਕੌਰ ਹੈ, ਅਤੇ ਇਹ ਜੋ 2024 ਦੀਆਂ ਚੋਣਾਂ ਹੋਣ ਜਾ ਰਹੀਆਂ ਵਾ, ਤਾਂ ਵੀ ਮੈਂ ਵੋਟਾਂ ਬਹੁਤ ਸੋਚ ਸਮਝੇ ਪਾਉਣ ਵਾਲੀਆਂ ਇਸ ਟਾਈਮ, ਕਿਉਂਕਿ ਜੋ ਪਿਛਲੀਆਂ ਵੋਟਾਂ ਹੋਈਆਂ ਹਨ, ਉਹਨਾਂ ਵਿੱਚ ਦੇਖਿਆ ਗਿਆ ਵੀ ਜੇ ਵੀ ਹੈ ਨਾ ਚੋਣਾਂ ਵਿੱਚ ਉਹ ਹੋਏ ਖੜ੍ਹੇ ਹੋਏ ਸੀਗੇ, ਅਤੇ ਉਹਨਾਂ ਨੇ ਕੁਛ ਵੀ ਨਹੀਂ ਕੀਤਾ ਸਾਡੇ ਪੰਜਾਬ ਲਈ, ਹੈ ਨਾ। ਅਤੇ ਮੈਂ ਇਸ ਵਾਰ ਇਹੀ ਉਮੀਦ ਕਰਾਂਗੀ, ਮੈਂ ਸੋਚ ਸਮਝ ਕੇ ਬੜੀ ਵੋਟ ਪਾਵਾਂਗੀ ਵੀ ਸਾਡੇ ਪੰਜਾਬ ਲਈ ਕੁਛ ਕੀਤਾ ਜਾਵੇ। ਦੇਖੋ ਜੀ, ਬਹੁਤ ਕੁਛ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਪਿੰਡ ਪਿੰਡ ਜਾ ਕੇ ਜਾਂ ਸ਼ਹਿਰਾਂ 'ਚ ਜਾ ਕੇ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ, ਵੀ ਜਿਵੇਂ ਪਹਿਲਾਂ ਨੌਕਰੀਆਂ ਦਾ ਵੀ ਦੱਸਿਆ ਕਿ 2 ਸਾਲ ਦੇ ਵਿੱਚ ਹੀ 42,000 ਨੌਕਰੀ, ਕਿਸੇ ਵੀ ਸਰਕਾਰ ਨੇ ਇੰਨੇ ਥੋੜ੍ਹੇ ਸਮੇਂ 'ਚ ਇੰਨੀਆਂ ਨੌਕਰੀਆਂ ਨਹੀਂ ਦਿੱਤੀਆਂ। ਜਾਂ ਲੋਕਾਂ ਦੇ ਜਿਹੜੇ ਗਰੀਬ ਪਰਿਵਾਰ ਨੇ, ਜਿਹਦਾ 5-6 ਹਜ਼ਾਰ ਬਿੱਲ ਆਉਂਦਾ ਸੀਗਾ, ਉਹ ਮਾਫ਼ ਹੋ ਗਿਆ, ਉਹ 5-6 ਹਜ਼ਾਰ ਉਹ ਆਪਣੇ ਸੌਦੇ ਪੱਤਿਆਂ 'ਤੇ ਜਾਂ ਹੋਰ ਘਰ ਦੀ ਕਬੀਲਦਾਰੀ 'ਚ ਖਰਚ ਲੈਂਦਾ। ਅਤੇ ਜਾਂ ਜਿਹੜੇ ਸਾਡੇ ਕਿਸਾਨ ਭਰਾ, ਉਹਨਾਂ ਲਈ ਪਾਣੀ ਦੀ ਸਮੱਸਿਆ ਹੱਲ ਹੋਈ, ਅਤੇ ਬਾਕੀ ਜਿਹੜੀਆਂ ਸਾਡੀਆਂ ਸਿਹਤ ਸਹੂਲਤਾਵਾਂ ਨੇ, ਉਹਨਾਂ ਨੂੰ ਹੋਰ ਡਬਲ ਕੀਤਾ ਜਾਊਗਾ, ਜਿਹੜੀਆਂ ਕੁ ਹੋਈਆਂ ਬਾਕੀ ਹੋਰ ਵੀ ਡਬਲ ਕੀਤਾ ਜਾਊਗਾ। ਐਜੂਕੇਸ਼ਨ ਵਧੀਆ ਦੇ ਰਹੇ ਹਾਂ ਜਵਾਕਾਂ ਨੂੰ, ਉਹ ਮਤਲਬ ਜਦੋਂ ਅੱਗੇ ਹੋਰ ਹੱਥ ਮਜ਼ਬੂਤ ਹੋਏ ਮਾਨ ਸਰਕਾਰ ਦੇ, ਤਾਂ ਉਹ ਚੀਜ਼ਾਂ ਹੋਰ ਡਬਲ ਹੋ ਕੇ ਹੋਣਗੀਆਂ। ਬਿਲਕੁਲ, ਇੱਕ ਹੋਰ ਨੇ ਗਗਨਦੀਪ ਕੌਰ ਨੇ, ਉਹ ਵੀ ਕਹਿੰਦੇ ਕਿ ਮੈਂ ਪਹਿਲਾਂ ਹੀ ਵੋਟ ਪਾ ਗਏ ਸੀਗੀ, ਮੈਂ ਹੁਣ ਫਿਰ ਵੋਟ ਪਾਉਣ ਜਾਣਾ ਹੈਗਾ, ਅਤੇ ਉਹ ਸੋਚਦੇ ਨੇ ਕਿ ਮੈਂ ਕਿਸ ਤਰ੍ਹਾਂ ਦੇ ਉਮੀਦਵਾਰ ਨੂੰ ਵੋਟ ਪਾਵਾਂ ਕਿ ਮੇਰੀ ਜਿਹੜਾ ਸਾਰੇ ਕੰਮ ਹੋ ਸਕਣ। ਮੇਰਾ ਨਾਮ ਗਗਨਦੀਪ ਕੌਰ ਹੈ, ਮੈਂ ਲੋਕ ਸਭਾ ਚੋਣਾਂ ਬਹੁਤ ਹੀ ਸੋਚ ਸਮਝ ਕੇ ਵੋਟ ਪਾਵਾਂਗੀ, ਮੈਂ ਦੂਸਰੀ ਵਾਰ ਵੋਟ ਪਾਉਣ ਜਾ ਰਹੀ ਹਾਂ, ਕਿਉਂਕਿ ਪਿਛਲੀਆਂ ਪਾਰਟੀਆਂ ਨੇ ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਕੀਤਾ। ਇਸ ਵਾਰ ਮੈਂ ਪੂਰਾ ਪਰਖ ਕੇ ਉਮੀਦਵਾਰਾਂ ਨੂੰ ਵੋਟ ਪਾਉਂਗੀ ਕਿ ਜਿਹੜੇ ਆਪਣਾ ਵਿਕਾਸ ਕਰ ਸਕਣ। ਮੈਂ ਉਸ ਭੈਣ ਨੂੰ ਇਹ ਕਹਿਣਾ ਕਿ ਸਾਨੂੰ ਵੋਟ ਪਾਓ ਭੈਣੇ, ਤੁਹਾਡੇ ਜੋ ਕੰਮ ਹੋਣਗੇ ਕਰਾਂਗੇ। ਮਨਪ੍ਰੀਤ ਕੌਰ ਨੇ, ਉਹ ਬੋਲਦੇ ਨੇ ਬੇਰੁਜ਼ਗਾਰੀ ਨੂੰ ਮੁੱਦਾ ਬਣਾਉਂਦੇ ਨੇ ਕਿ ਬੇਰੁਜ਼ਗਾਰੀ ਹੈਗੀ ਹੈ, ਨੌਕਰੀ ਨਹੀਂ ਮਿਲਦੀਆਂ, ਇਹਨਾਂ ਦੇ ਹੋਰ ਜਿਹੜੇ ਉਪਰਾਲੇ ਹੈਗੇ ਆ ਉਹ ਕੀਤੇ ਜਾਣ, ਇਸ ਨੂੰ ਲੈ ਕੇ ਉਹ ਜਿਹੜੀ ਨੇ ਗੱਲ ਕਰਦੀ, ਤਾਂ ਕਿ ਬੇਰੁਜ਼ਗਾਰੀ ਘਟੇ ਔਰ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨੂੰ ਵੱਧ ਤੋਂ ਨੌਕਰੀ। ਮੇਰਾ ਨਾਮ ਮਨਪ੍ਰੀਤ ਹੈ, ਮੈਂ ਚਾਹੁੰਦੀ ਹਾਂ ਜਿਹੜਾ ਇਸ ਵਾਰ ਉਮੀਦਵਾਰ ਬਣੇ ਉਹ ਸਾਰੀਆਂ ਦੀਆਂ ਲੋੜਾਂ ਪੂਰੀਆਂ ਕਰੇ, ਕਿਉਂਕਿ ਜੋਬ ਦੀਆਂ ਫੈਸਿਲਿਟੀਜ਼ ਬਹੁਤ ਜ਼ਿਆਦਾ ਘੱਟ ਹੈ, ਬਹੁਤ ਜ਼ਿਆਦਾ ਲੋਕ ਬੇਰੁਜ਼ਗਾਰ ਹੈ। ਮੈਂ ਚਾਹੁੰਦੀ ਹਾਂ ਸਾਰੇ ਲੋਕਾਂ ਨੂੰ ਵਰਕ ਮਿਲੇ ਅਕੋਰਡਿੰਗ ਟੂ ਉਹਦੀ ਚੋਇਸ, ਅਕੋਰਡਿੰਗ ਦੈਟਸ ਵਾਈ ਮੈਂ ਉਹਦੇ ਅਕੋਰਡਿੰਗ ਵੋਟ ਕਰੂੰਗੀ ਜਿਹੜਾ ਵਧੀਆ ਉਮੀਦਵਾਰ ਹੋਊਗਾ। ਬਿਲਕੁਲ ਉਹੀ ਹੈ ਜੀ, ਪੰਜਾਬ ਦੇ ਵਿੱਚ ਇੰਡਸਟਰੀ ਆਵੇ, ਜਿਹੜੀਆਂ ਕੁਛ ਸਰਕਾਰੀ ਨੌਕਰੀਆਂ, ਕੁਛ ਪ੍ਰਾਈਵੇਟ ਨੌਕਰੀਆਂ ਦੇ ਵੀ ਕੋਈ ਵੀ, ਚਾਹੇ ਘਰ ਦਾ ਰੁਜ਼ਗਾਰ ਚੱਲਣਾ ਚਾਹੀਦਾ, ਮਤਲਬ ਘਰ ਦਾ ਚੁੱਲ੍ਹਾ ਚੌਂਕਾ ਚੱਲਣਾ ਚਾਹੀਦਾ, ਅਤੇ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਕਿ ਬੇਰੁਜ਼ਗਾਰੀ ਜੜੋਂ ਖਤਮ ਕੀਤੀ ਜਾਵੇ। ਇੱਕ ਗੱਲ ਆਉਂਦੀ ਹੈ, ਜਦੋਂ ਆਪਾਂ ਆਪਣੇ ਵਿਰੋਧੀਆਂ ਦੀ ਗੱਲ ਕਰਦੇ ਹਾਂ ਤਾਂ ਵਿਰੋਧੀ ਇੱਕ ਇਲਜ਼ਾਮ ਲਗਾਉਂਦੇ ਨੇ ਕਿ ਤੁਹਾਨੂੰ ਕਰਮਜੀਤ ਅਮੋਲ ਨੂੰ ਉੱਥੋਂ ਉਤਾਰ ਦਿੱਤਾ, ਕਿ ਮਾਨ ਸਾਹਿਬ ਨੂੰ ਕੋਈ ਹੋਰ ਚੀਜ਼ਾਂ ਨਹੀਂ ਮਿਲਿਆ। ਦੇਖੋ, ਇਹਦੇ 'ਚ ਇੱਕ ਗੱਲ ਬੜੀ ਸਪਸ਼ਟ ਹੈ ਜੀ, ਕਿ ਜਿਹੜੀ ਪਾਰਟੀ ਆਪਦੇ ਆਪ ਨੂੰ ਵਲੰਟੀਅਰਾਂ ਦੀ ਪਾਰਟੀ ਕਹਿੰਦੀ ਸੀ, ਕਿ ਅਸੀਂ ਜ਼ਮੀਨ 'ਤੇ ਕੰਮ ਕਰਦੇ ਲੋਕਾਂ ਨੂੰ ਮੌਕਾ ਦਿੰਦੇ ਹਾਂ, ਵਲੰਟੀਅਰਸ ਨੂੰ ਮੌਕਾ ਦਿੰਦੇ ਹਾਂ, ਉਹਦਾ ਅਸਲੀ ਚਿਹਰਾ ਸਾਹਮਣੇ ਆਇਆ। ਸਰਕਾਰ 'ਚ ਆਉਣ ਤੋਂ ਪਹਿਲਾਂ ਗੱਲਾਂ ਹੋਰ ਸੀ, ਸਰਕਾਰ ਬਣਨ ਤੋਂ ਬਾਅਦ ਹੋਰ ਹੋ ਗਈਆਂ। ਪਹਿਲੀ ਲਿਸਟ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਆਈ, 5 ਕੈਬਨਿਟ ਮਿਨਿਸਟਰ, 1 ਕਲਾਕਾਰ, 1 ਕਾਂਗਰਸ ਦੇ ਵਿੱਚੋਂ ਬੰਦਾ ਆਇਆ ਹੋਇਆ।
ਕੀ ਇਹਨਾਂ ਨੂੰ ਸਾਰੇ ਪੰਜਾਬ 'ਚੋਂ ਕਿਸੇ ਹਲਕੇ ਦੇ ਵਿੱਚ ਕੋਈ ਵੀ ਵਲੰਟੀਅਰ ਨਹੀਂ ਮਿਲਿਆ? ਜੇ ਮੈਂ ਫਰੀਦਕੋਟ ਹਲਕੇ ਦੀ ਗੱਲ ਕਰਾਂ, ਸਾਡੇ ਇੱਥੇ ਇਹਨਾਂ ਨੇ ਕਰਮਜੀਤ ਅਨਮੋਲ ਨੂੰ ਕੈਂਡੀਡੇਟ ਬਣਾਇਆ। ਠੀਕ ਹੈ, ਇੱਕ ਚੰਗਾ ਕਲਾਕਾਰ ਹੋ ਸਕਦਾ, ਬਟ ਇੱਕ ਚੰਗਾ ਕਲਾਕਾਰ ਇੱਕ ਜ਼ਰੂਰੀ ਨਹੀਂ ਕਿ ਲੋਕਾਂ ਦਾ ਚੰਗਾ ਸੇਵਾਦਾਰ ਵੀ ਹੋਵੇ। ਦੇਖੋ ਜੀ, ਇਹ ਪਾਰਟੀ ਦੀ ਮਤਲਬ ਜੋ ਵੀ ਹੈ ਉਹਨਾਂ ਦੀ ਇਹ ਸੋਚ ਹੈ, ਅਤੇ ਦੂਜੀ ਗੱਲ ਇਹ ਹੈ ਕਿ ਮੈਂ ਜਦੋਂ ਵੀ ਜਿਹੜੇ ਵੀ ਵਿਰੋਧੀਆਂ ਨੇ ਤਾਂ ਉਹ ਖੈਰ ਵਿਰੋਧੀ ਇੱਕ ਆਦਾ ਜਿਹੜਾ ਵਿਰੋਧ ਤਾਂ ਹੀ ਨਾ ਕਰੇ, ਪਰ ਲੋਕਾਂ ਨੇ ਕਿਸੇ ਨੇ ਵੀ ਇਹੋ ਜਿਹਾ, ਲੋਕਾਂ 'ਚ ਤੁਸੀਂ ਜਾ ਕੇ ਦੇਖ ਲਓ ਵੀ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਮੈਂ ਬਾਹਰੋਂ ਹਾਂ, ਅਤੇ ਲੋਕਾਂ ਨੇ ਸਗੋਂ ਪਿਆਰ ਦਿੱਤਾ, ਲੋਕਾਂ ਨੇ ਲੱਡੂ ਵੰਡੇ ਨੇ ਖੁਸ਼ੀ ਦੇ ਵਿੱਚ, ਅਤੇ ਲੋਕ ਬਹੁਤ ਪਿਆਰ ਮੁਹੱਬਤ ਦੇ ਰਹੇ ਨੇ। ਕਿਸੇ ਨੇ ਵੀ ਮੈਨੂੰ ਅੱਜ ਤੱਕ ਪਰਸਨਲੀ ਕਿਸੇ ਲੋਕਾਂ 'ਚ ਗਿਆ ਮੈਂ, ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ ਬਾਹਰੋਂ ਹੋ, ਸਗਾਂ ਮੈਨੂੰ ਇਹ ਕਹਿੰਦੇ ਵੀ ਸਾਨੂੰ ਇੱਦਾਂ ਲੱਗਦਾ ਤੁਸੀਂ ਕੋਈ ਸਾਡੇ ਰਿਸ਼ਤੇਦਾਰ ਹੋ, ਸਾਡਾ ਕੋਈ ਭੂਆ ਚਾਚੇ ਮਾਮੇ ਦੇ ਜਵਾਕ ਲੱਗਦੇ ਹੋ, ਵੀ ਸਾਨੂੰ ਲੱਗਦਾ ਹੀ ਨਹੀਂ ਕੋਈ ਤੁਸੀਂ ਬਗਾਨੇ ਹੋ। ਅਕਾਲੀ ਦਲ ਇਹੀ ਜ਼ਿਆਦਾਤਰ ਆਰੋਪ ਲਗਾਉਂਦਾ ਰਿਹਾ ਕਿ ਪੈਰਾਸ਼ੂਟ ਕੈਂਡੀਡੇਟ ਹੈਗੇ, ਅਤੇ ਉਹ ਕਹਿੰਦੇ ਕਿ ਪੈਰਾਸ਼ੂਟ ਕੈਂਡੀਡੇਟ ਉੱਥੇ ਤਾਰਿਆ, ਸੰਗਰੂਰ ਤੋਂ ਲੈ ਕੇ ਤਾਰ ਦਿੱਤਾ, ਬਾਹਰਲੇ ਹਲਕੇ ਦਾ ਆਊਟਸਾਈਡਰ ਸੰਗਰੂਰ ਤੋਂ ਚੱਕ ਕੇ, ਜੇ ਤੁਹਾਨੂੰ ਚੰਗਾ ਇੰਨਾ ਲੱਗਦਾ ਸੀ ਇਹ ਤਾਂ ਸੰਗਰੂਰ ਤੋਂ ਇਲੈਕਸ਼ਨ ਲੜਾ ਦਿਓ ਇਹਨੂੰ। ਸੰਗਰੂਰ ਤੋਂ ਚੱਕ ਕੇ ਜਿਹਦਾ ਫਰੀਦਕੋਟ ਨਾਲ ਨਾ ਵਾਹ ਨਾ ਵਾਸਤਾ ਨਾ ਕੋਈ ਘਰ ਨਾ ਬਾਹਰ ਇੱਥੇ, ਕਿ ਵੋਟਾਂ ਪਾ ਕੇ ਅਤੇ ਫਿਰ ਲੋਕ ਇਹਨੂੰ ਲੱਭਦੇ ਫਿਰਨਗੇ? ਇਸ ਗੱਲ ਦਾ ਜਵਾਬ ਦੇਵੇ ਆਮ ਆਦਮੀ ਪਾਰਟੀ। ਨਹੀਂ ਦੇਖੋ ਜੀ, ਮੈਂ ਉਸੇ ਕੰਸਟੀਚੁਐਂਸੀ ਦੇ ਵਿੱਚ, ਮੇਰਾ ਬਚਪਨ ਉਸੇ 'ਚ ਗੁਜ਼ਰਿਆ, ਨਾਨਕੇ ਮੇਰੇ ਉਸ ਕੰਸਟੀਚੁਐਂਸੀ ਜਲਾਲ ਹੈ, ਮੈਂ 4 ਕਲਾਸਾਂ ਉਸ ਜਲਾਲ ਪੜ੍ਹਿਆ, 6ਵੀਂ ਤੋਂ 9ਵੀਂ ਤੱਕ, ਅਤੇ ਮੇਰੇ ਲਈ ਉਹ ਨਵਾਂ ਇਲਾਕਾ ਨਹੀਂ, ਨਾ ਇਲਾਕੇ ਲਈ ਮੈਂ ਨਵਾਂ। ਮੁਹੰਮਦ ਸਦੀਕ ਦੀ ਗੱਲ ਕਰਦੇ ਹਾਂ, ਉਹ ਮੌਜੂਦਾ ਉੱਥੇ ਤੇ MP ਨੇ, ਅਤੇ ਉਹਨਾਂ ਨੇ ਕਾਫੀ ਕੰਮ ਕੀਤੇ ਹੋਏ ਨੇ ਕਾਂਗਰਸ ਦਾ, ਲੱਗਦਾ ਕਿ ਉਹਨਾਂ ਨੇ ਕਾਫੀ ਜਿਹੜੀ ਬਿਸਾਤ ਵਸਾਈ ਹੈਗੀ ਹੈ, ਅਤੇ ਇਸ ਵਾਰ ਵੀ ਲੱਗਦਾ ਕਿ ਉਹਨਾਂ ਦੇ ਉੱਪਰ ਉਹ ਜਿਹੜੀ ਕਾਂਗਰਸ ਜਿਹੜੀ ਕੀ ਆ ਉਹ ਆਪਣਾ ਵਿਸ਼ਵਾਸ ਦਿਖਾਉਣ ਜਾ ਰਹੀ, ਉਹਨੂੰ ਟਿਕਟ ਮਿਲ ਜਾਣਾ ਹੈਗਾ। ਅਤੇ ਜੇ ਉਹ ਆਉਂਦੇ ਨੇ ਤਾਂ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਜਿਹੜੇ ਪਿਛਲੇ 5 ਸਾਲ ਦਾ ਜਿਹੜਾ ਕੰਮਕਾਜ ਆ ਜਾਂ ਐਂਟੀ ਇਨਕੰਬੈਂਸੀ ਆ ਉਹਦਾ ਫਾਇਦਾ ਮਿਲੂਗਾ? ਦੇਖੋ ਜੀ, ਮਿਲੂਗਾ ਹੀ, ਕਿਉਂਕਿ ਜਿਹੜੇ ਮਤਲਬ ਲੋਕਾਂ ਨੇ ਦੇਖਣਾ ਕਿ ਉਹਨਾਂ ਨੇ ਕੀ ਕੰਮ ਕੀਤੇ ਹੈ, ਅਤੇ ਬਾਕੀ ਦੇਖਣਾ ਕਿ ਮਾਨ ਸਰਕਾਰ ਨੇ ਕੀ ਕੰਮ ਕੀਤਾ ਹੈ। ਲੋਕਾਂ ਨੇ ਕੰਮ ਦੇ ਆਧਾਰ 'ਤੇ ਵੋਟਾਂ ਦੇਣੀਆਂ ਨੇ, ਜੇ ਉਹਨਾਂ ਨੇ ਕੀਤੇ ਹੋਏ ਉਹਨਾਂ ਨੂੰ ਮਿਲ ਜਾਣਗੀਆਂ, ਜੇ ਮਾਨ ਸਰਕਾਰ ਨੇ ਕੀਤੇ ਤਾਂ ਮਾਨ ਸਰਕਾਰ ਨੇ। ਅਤੇ MP ਜਦੋਂ ਅਸੀਂ ਬਣਦੇ ਹਾਂ ਤਾਂ MP ਮਿਲ ਕੇ ਸਾਨੂੰ ਫੰਡ ਮਿਲਦਾ ਆ ਖਰਚ ਕਰਨ ਵਾਸਤੇ, ਅਤੇ ਤੁਸੀਂ ਜੇ MP ਬਣ ਜਾਂਦੇ ਹੋ, ਜਿੱਦਾਂ ਕਿ ਮਾਨ ਸਾਹਿਬ ਕਹਿੰਦੇ ਆ 13-0 ਕਰ ਦੇਣਾ ਆ, ਕਿ ਉਹ ਤਾਂ ਤੁਹਾਨੂੰ ਜਿਤਾਈ ਬੈਠੇ ਨੇ ਕਿ ਜਿੱਤ ਜਾਣਾ ਹੈਗਾ, ਵੀ ਸਾਡੀ ਐਤਕੀ ਜਿਹੜੀ ਸਰਕਾਰ ਆ ਜਿਹੜੀ MP ਨੇ ਉਹ ਬਣ ਕੇ ਜਾਣਗੇ, ਤਾਂ ਕਿ ਜਾ ਕੇ ਉੱਥੇ ਆਵਾਜ਼ ਚੱਕੀ ਜਾਵੇ। ਜਿਹੜਾ ਪੈਸਾ ਮਿਲੂਗਾ ਅਸੀਂ ਉਹਨੂੰ ਕਿਸ ਤਰ੍ਹਾਂ ਮਤਲਬ ਕਿ ਯੂਜ਼ ਕਰਨ ਦੀ ਜਿਹੜੀ ਗੱਲ ਕਰਦੇ ਹਾਂ, ਕਿਆ ਸੋਚਿਆ ਮਨ 'ਚ? ਦੇਖੋ ਜੀ, ਜਿੱਥੇ ਵੀ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੋਊਗੀ ਉਹ ਉੱਥੇ ਪੈਸਾ ਖਰਚਿਆ ਜਾਊਗਾ। ਇਕੱਲਾ ਜਿਹੜਾ 5 ਕਰੋੜ ਮਿਲਦਾ MP ਨੂੰ, ਇਕੱਲਾ ਉਹੀ ਫੰਡ ਨਹੀਂ, ਹੋਰ ਵੀ ਬਹੁਤ ਸਹੂਲਤਾਂ ਜਿਹੜੀਆਂ ਸਾਡੇ ਤੱਕ ਪਹੁੰਚਦੀਆਂ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ, ਕਈ ਮਹਿਲਾਵਾਂ ਲਈ ਵੀ ਕਈ ਸਹੂਲਤਾਂ ਨੇ ਕਿ ਜਿਹੜੀਆਂ ਅਸੀਂ ਸਾਨੂੰ ਪਤਾ ਨਹੀਂ ਲੱਗਦਾ, ਜਾਂ ਹੋਰ ਸਿਹਤ ਸਹੂਲਤਾਂ ਵੀ ਨੇ ਸੈਂਟਰ ਵੱਲੋਂ ਜਿਹੜੀਆਂ, ਉਹਨਾਂ ਦੀ ਪੂਰੀ ਘੋਖ ਕਰਾਂਗੇ ਜੀ ਵੀ ਕੀ ਮਿਲ ਸਕਦਾ, ਉਹ ਸਾਰਾ ਕੁਛ ਇੱਥੇ ਪੰਜਾਬ ਲਈ ਲੈ ਕੇ ਆਵਾਂਗੇ। ਅਤੇ ਜੇ ਅਸੀਂ ਗੱਲ ਕਰਦੇ ਹਾਂ ਫਰੀਦਕੋਟ ਦੀ, ਬਾਬੇ ਫਰੀਦ ਦੀ ਧਰਤੀ ਹੈਗੀ ਹੈ, ਉੱਥੇ ਜਦੋਂ ਵੀ ਕੋਈ ਕੈਂਡੀਡੇਟ ਗਿਆ ਹੈਗਾ ਤਾਂ ਜਦੋਂ ਸਰਕਾਰ ਹੋਈ ਹੈ, ਜਿਕਣਾ ਹੁਣ ਕਹੀਏ ਕਿ ਐਸੇ ਸਰਕਾਰ ਹੈਗੀ ਹੈ, ਮੈਂ ਸਦੀਕ ਸਾਹਿਬ ਬਣੇ ਨੇ, ਅਤੇ ਜਦੋਂ ਤੁਹਾਡੀ ਸਰਕਾਰ ਇੱਥੇ ਹੋਏਗੀ ਔਰ ਤੁਸੀਂ ਵੀ MP ਹੋਵੋਗੇ ਤਾਂ ਕਿੰਨਾ ਕੁ ਉਹਨਾਂ ਨੂੰ ਫਾਇਦਾ ਮਿਲਣ ਵਾਲਾ ਹੈਗਾ? ਕਿ ਡਬਲ ਇੰਜਨ ਦੀ ਸਰਕਾਰ ਦੀ ਗੱਲ BJP ਕਰਦੀ ਹੈ, ਪਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਵੀ ਇੱਥੇ MP ਬਣ ਜਾਂਦੇ ਹੋ ਔਰ ਸਰਕਾਰ ਵੀ ਇੱਥੇ ਆਮ ਆਦਮੀ ਪਾਰਟੀ ਦੀ ਹੈਗੀ। ਬਹੁਤ ਫਾਇਦਾ ਮਿਲੂਗਾ, ਮੈਨੂੰ ਤਾਂ ਮਿਲ ਰਿਹਾ ਜੀ, ਬਲਕਿ ਕਿਉਂਕਿ ਜਿਹੜੇ MLA ਸਾਹਿਬਾਨ ਨੇ ਉਹ ਆਪਣੇ ਰਿਪੋਰਟ ਕਾਰਡ ਲੈ ਕੇ ਜਾ ਰਹੇ ਨੇ ਲੋਕਾਂ ਦੇ ਵਿੱਚ ਵੀ ਆਹ ਅਸੀਂ ਕੰਮ ਕੀਤੇ ਨੇ, ਲੋਕ ਖੁਸ਼ ਵੀ ਨੇ ਬੜਾ, ਲੋਕ ਉਹਨਾਂ ਨੂੰ ਵਧੀਆ ਕੀ ਕਹਿੰਦੇ ਸਤਿਕਾਰ ਦੇ ਰਹੇ ਨੇ ਕਿ ਸਾਡੇ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪਾਣੀ ਕਿੰਨੀਆਂ ਕੱਸੀਆਂ ਬਣ ਗਈਆਂ, ਕਿੰਨੇ ਟੇਲਾਂ ਬਣ ਗਈਆਂ, ਹੈ ਨਾ, ਕਈ ਜਗ੍ਹਾ 'ਤੇ ਹੁਣ ਪਾਣੀ ਪਹੁੰਚਿਆ, ਅਤੇ ਬਾਕੀ ਕਿੰਨੇ ਡਿਵੈਲਪਮੈਂਟ ਦੇ ਹੋਰ ਕੰਮ ਚੱਲ ਰਹੇ ਨੇ, ਅਤੇ ਉਹਦਾ ਫਾਇਦਾ ਮਿਲੂਗਾ ਜੀ, ਕਿਉਂਕਿ ਜਦੋਂ ਗੌਰਮੈਂਟ ਹੁੰਦੀ ਹੈ ਤਾਂ ਰਲ ਮਿਲ ਕੇ, ਇੱਕ ਇਕੱਲਾ ਬੰਦਾ ਇਕੱਲਾ ਹੀ ਹੁੰਦਾ, ਜਦੋਂ ਨਾਲ 9 ਜਣੇ ਹੋਰ ਹੋਣਗੇ ਤਾਂ ਹੋਰ ਜ਼ਿਆਦਾ ਕੰਮ ਕਰਾਂਗੇ। ਤੁਹਾਡਾ ਇਲਾਕਾ ਜਿਹੜਾ ਹਲਕਾ ਹੈਗਾ ਕਾਫੀ ਮਸ਼ਹੂਰ ਮੰਨਿਆ ਜਾਂਦਾ,
ਦੋ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਅਤੇ ਗਿਆਨੀ ਜੈਲ ਸਿੰਘ, ਫਿਰ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਵੋਟਰ ਬਹੁਤ ਜ਼ਿਆਦਾ ਸੂਝਵਾਨ ਨੇ, ਅਤੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਵੱਡੇ ਹਲਕੇ ਦਾ ਤੁਹਾਨੂੰ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਤੀ ਗਈ? ਦੇਖੋ ਜੀ, ਮੈਂ ਤਾਂ ਆਪਦੇ ਆਪ ਨੂੰ ਬਹੁਤ ਹੀ ਭਾਗਿਆਸ਼ਾਲੀ ਮੰਨਦਾ ਕਿ ਮੇਰੇ ਵਰਗੇ ਬੰਦੇ ਦਾ ਉਹਨਾਂ ਨਾਲ ਕੰਪੈਰੀਜ਼ਨ ਹੋ ਰਿਹਾ ਕਿ ਉਹ ਵੀ ਇੱਥੋਂ ਆਏ ਨੇ, ਤਾਂ ਮੇਰੇ ਲਈ ਤਾਂ ਪਹਿਲਾਂ ਹੀ ਵੱਡੇ ਸਨਮਾਨ ਵਾਲੀ ਗੱਲ ਹੈ ਕਿ ਐਡੇ ਵੱਡੇ ਲੀਡਰਾਂ ਦੇ ਹਲਕੇ ਤੋਂ ਮੈਂ ਖੜ੍ਹਾ ਹੋਇਆ, ਔਰ ਉਹ ਬਾਬਾ ਜੀ ਦੀ ਬਖਸ਼ਿਸ਼ ਹੈ, ਬਾਬਾ ਫਰੀਦ ਦੀ ਬਖਸ਼ਿਸ਼ ਹੈ ਔਰ ਵਾਹਿਗੁਰੂ ਦੀ ਬਖਸ਼ਿਸ਼ ਹੈ ਕਿ ਮੈਂ ਉਹਨਾਂ ਦੇ ਨਾਲ ਮੇਰਾ ਨਾਂ ਲੈਣਾ। ਲੀਡਰਾਂ ਦੀ ਤੁਹਾਨੂੰ ਪੂਰੀ ਸਰਕਾਰ ਦੀ ਪੂਰੀ ਮਦਦ ਮਿਲਣੀ ਹੈ ਜੀ, ਕਿਆ ਆਪਣੀ ਕਮਿਊਨਿਟੀ ਜਿਹੜੀ ਤੁਹਾਡੀ ਹੈਗੀ ਹੈ ਐਕਟਰਸ ਦੀ ਜਾਂ ਗਾਇਕਾਂ ਦੀ, ਉਹਨਾਂ ਦੀ ਕਿਆ ਮਦਦ ਮਿਲਣ ਵਾਲੀ ਹੈ, ਕਿੱਦਾਂ ਦੇ ਉਹਨਾਂ ਨੇ ਤੁਹਾਨੂੰ ਰਿਜੈਕਟ ਕੀਤਾ ਜੋ ਤੁਸੀਂ ਤੁਹਾਨੂੰ ਟਿਕਟ ਮਿਲੀ ਹੈ? ਜਿਸ ਦਿਨ ਮੇਰੀ ਅਨਾਊਂਸਮੈਂਟ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਥੋਂ ਅਜੇ ਮੈਸੇਜ ਵੀ ਨਹੀਂ ਪੜ੍ਹੇ ਗਏ ਵੀ ਇੰਡਸਟਰੀ ਦਾ ਕੋਈ ਵੀ ਐਸਾ ਬੰਦਾ ਨਹੀਂ ਜਿਹਨੇ ਮੈਨੂੰ ਮੈਸੇਜ ਨਾ ਕੀਤਾ ਹੋਵੇ ਜਾਂ ਜਿਹਨੇ ਮੈਨੂੰ ਫੋਨ ਨਾ ਕੀਤਾ ਹੋਵੇ ਕਿ ਜਦੋਂ ਵੀ ਮੇਰੀ ਲੋੜ ਪਈ ਸਾਡੀ ਤਾਂ ਦੱਸ ਦਿਓ, ਅੱਧੀ ਆਵਾਜ਼ 'ਤੇ ਇਕੱਠੇ ਹੋਵਾਂਗੇ। ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੀ ਇੰਡਸਟਰੀ ਨੇ ਮੈਨੂੰ ਇੰਨੀ ਇੱਜ਼ਤ ਮਾਣ ਦਿੱਤੀ ਕਿ ਸਾਰੇ ਸਾਰਿਆਂ ਨੇ ਖੁਸ਼ੀ ਮਨਾਈ ਔਰ ਸਾਰਿਆਂ ਨੇ ਨਾਲ ਚੱਲਣ ਦਾ ਵਾਅਦਾ ਵੀ ਕੀਤਾ ਵੀ ਜਦੋਂ ਮਰਜ਼ੀ ਜਿੱਥੇ ਕਹੋਗੇ ਜਿਵੇਂ ਕਹੋਗੇ ਉਵੇਂ ਤੁਹਾਡੇ ਨਾਲ ਹਾਂ। ਬਾਕੀ ਮੇਰੇ ਪਿੰਡ ਨੇ, ਮੇਰਾ ਪਿੰਡ ਗੰਢੂਆ, ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ ਦੇ ਵਿੱਚ, ਅਤੇ ਅਕਸਰ ਤੁਸੀਂ ਸੁਣਿਆ ਹੋਊਗਾ ਪਿੰਡਾਂ ਦੇ ਵਿੱਚ ਕਹਿੰਦੇ ਵੀ ਪਿੰਡ ਵਾਲੇ ਲੱਗਦੇ ਹੈ, ਪਰ ਮੈਂ ਐਸਾ ਖੁਸ਼ਨਸੀਬ ਬੰਦਾ ਕਿ ਮੈਨੂੰ ਕਦੇ ਵੀ ਆਪਣੇ ਪਿੰਡ 'ਚੋਂ ਇਹ ਨਹੀਂ ਲੱਗਿਆ ਕਿ ਕੋਈ ਬੰਦਾ ਮੇਰਾ ਵਿਰੋਧ ਕਰ ਰਿਹਾ ਹੋਵੇ। ਇਕੱਲਾ ਇਕੱਲਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮੈਨੂੰ ਇੰਨੀ ਇੱਜ਼ਤ ਮਾਣ ਮਿਲੀ ਹੈ ਪਿੰਡ 'ਚੋਂ ਕਿ ਇਕੱਲੇ ਇਕੱਲੇ ਬੰਦੇ ਨੇ, ਇਕੱਲੇ ਇਕੱਲੇ ਘਰ ਨੇ ਖੁਸ਼ੀ ਮਨਾਈ ਹੈ ਕਿ ਮੈਂ ਵੀ ਸਾਡੇ ਪਿੰਡ ਦਾ ਬੰਦਾ। ਪਹਿਲਾਂ ਮੈਂ ਕਲਾਕਾਰ ਦੇ ਤੌਰ 'ਤੇ ਵੀ ਮੈਨੂੰ ਲੋਕਾਂ ਨੇ ਬਹੁਤ ਮਾਣ ਇੱਜ਼ਤ ਦਿੱਤਾ, ਅਤੇ ਹੁਣ ਜਦੋਂ ਦੀ ਟਿਕਟ ਅਨਾਊਂਸ ਹੋਈ ਹੈ ਉਦੋਂ ਤੋਂ ਵੀ ਮੇਰੇ ਪਿੰਡ ਦੇ ਵਿੱਚ ਮਤਲਬ ਪੂਰਾ ਦਿਵਾਲੀ ਵਰਗਾ ਮਾਹੌਲ ਹੈ, ਹਰ ਇੱਕ ਬੰਦਾ ਬਹੁਤ ਖੁਸ਼ੀ ਮਨਾ ਰਿਹਾ ਔਰ ਘਰ ਘਰ ਦਾ ਬੰਦਾ ਮੈਨੂੰ ਇਹ ਗੱਲ ਕਹਿ ਰਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਜਿੱਥੇ ਵੀ ਹੋਵੇ। ਮਿਸ਼ਨ 13-0 ਦੀ ਪਹਿਲੀ ਮੀਟਿੰਗ ਹੈਗੀ ਹੈ, ਤੁਹਾਡੇ ਹਲਕੇ ਤੋਂ ਮੁੱਖ ਮੰਤਰੀ ਕਰਦੇ ਨੇ ਆਪਣੇ ਘਰ ਦੇ ਉੱਪਰ, ਅਤੇ ਤੁਹਾਨੂੰ ਕਿਆ ਟਿਪਸ ਦਿੰਦੇ ਨੇ, ਕੋਈ ਟਿਪਸ ਦਿਆ ਹੋਊਗਾ ਬਈ ਕਿੱਦਾਂ ਵੋਟਰਾਂ ਨੂੰ ਜਾ ਕੇ ਮਿਲਣਾ? ਬਸ ਇਹੀ ਹੈ, ਕਹਿੰਦਾ ਵੀ ਵਾਅਦੇ ਉਹੀ ਕਰਨੇ ਜਿਹੜੇ ਆਪਾਂ ਪੂਰੇ ਕਰ ਸਕੀਏ, ਵੀ ਇਹੋ ਜਿਹਾ ਨਾ ਹੋਵੇ ਕੋਈ ਇਹੋ ਜਿਹਾ ਵਾਅਦਾ ਕਰ ਲਏ ਮੁੜ ਕੇ ਆਪਾਂ ਉਹ ਪੂਰਾ ਨਾ ਕਰ ਸਕੀਏ, ਵੀ ਉੱਦਾਂ ਦੇ ਕਰਨੇ ਆ ਵੀ ਜਿਹੜੀ ਗੱਲ ਕਹਿਤੀ ਉਹ ਪੂਰੀ ਕਰਨੀ ਹੈ ਕਰਨੀ। ਅਤੇ MLA ਤੁਸੀਂ ਗੱਲ ਕੀਤੀ ਹੈ ਕਿ MLA ਆਪਣਾ ਰਿਪੋਰਟ ਕਾਰਡ ਲੈ ਕੇ ਜਾ ਰਹੇ ਨੇ ਸਾਰੇ, ਅਤੇ 9 ਦੇ ਆਸ ਪਾਸ ਤੁਹਾਡੇ ਉੱਥੇ ਹਲਕੇ 8 MLA ਨੇ ਜੀ, 8 MLA ਹਲਕੇ ਨੇ, ਅਤੇ ਉਹ 9 ਹਲਕੇ ਨੇ ਜੀ, 8 MLA ਨੇ, ਜਿਹੜੇ ਗਿੱਦੜਵਾਲ ਸੀਟ ਆ ਉਹ ਨਹੀਂ ਹੈਗੀ। ਹਾਂਜੀ, ਅਤੇ ਉਸ ਨੂੰ ਤੁਸੀਂ ਦੇਖ ਕਿਸ ਤਰ੍ਹਾਂ ਦੇਖਦੇ ਹੋ ਕਿ MLA ਦੀ ਸਪੋਰਟ ਜਿਹੜੀ ਹੈ ਬਹੁਤ ਜ਼ਰੂਰੀ ਹੈਗੀ ਹੈ ਜੀ ਜੀ, ਕਿ ਤੁਸੀਂ ਦੇਖੋ ਬਾਹਰ ਤੋਂ ਆਏ ਹੈਗੇ ਆ, ਉਹਨਾਂ ਦਾ ਸਹਿਯੋਗ ਕਿਸ ਤਰ੍ਹਾਂ ਮਿਲਣਾ, ਰਿਪੋਰਟ ਕਾਰਡ ਤਾਂ ਪੇਸ਼ ਕਰਦੇ ਹਾਂ, ਤੁਹਾਡੇ ਨਾਲ ਉਹਨਾਂ ਦੀ ਜਿਹੜੀ ਟਿਊਨਿੰਗ ਕਿੰਨੀ ਬਣੀ ਹੈ? ਬਹੁਤ ਹੀ ਵਧੀਆ ਜੀ, ਮੈਂ ਚਾਹੇ ਉਹ ਗੁਰਦਿੱਤ ਜੀ ਹੋਣ, ਚਾਹੇ ਲਾਡੀ ਢੋਹ ਜੀ ਹੋਣ ਜਿਹੜੇ ਸਪੀਕਰ ਸਾਹਿਬ ਨੇ, ਸੰਧਵਾ ਸਾਹਿਬ ਉਹ, ਚਾਹੇ ਅਮਨ ਅਰੋੜਾ ਜੀ ਹੈ ਮੈਡਮ ਮੋਗੇ ਤੋਂ, ਲਾਡੀ ਢੋਹ ਜੀ ਧਰਮਕੋਟ ਤੋਂ, ਮਨਜੀਤ ਜੀ ਅਤੇ ਬਾਘੇ ਪੁਰਾਣੇ ਤੋਂ ਜਿਹੜੇ ਹੈਗੇ ਆ ਅਮ੍ਰਿਤ ਜੀ, ਅਤੇ ਈਵਨ ਜਿਹੜੇ ਗਿੱਦੜਵਾਹ ਦੇ ਇੰਚਾਰਜ ਨੇ ਪਾਲੀ ਜੀ, ਸਾਰੇ ਜਿੰਨੇ ਵੀ ਹਲਕੇ 9 ਦੇ 9 ਹਲਕੇ ਨੇ, ਸਾਰਿਆਂ ਨੇ ਇੰਨਾ ਸਹਿਯੋਗ ਦਿੱਤਾ ਔਰ ਇੰਨੇ ਖੁਸ਼ ਹੈ, ਔਰ ਮੈਨੂੰ ਬੜੇ ਇੱਕ ਜੈਤੋ ਵਾਲੇ ਵੀ ਨੇ, ਚਾਹੇ ਅਮੋਲਕ ਜੀ, ਉਹ ਵੀ ਸਾਰਿਆਂ ਨੇ ਬਹੁਤ ਬਹੁਤ ਖੁਸ਼ ਹੈ ਔਰ ਬਹੁਤ ਸਹਿਯੋਗ ਦੇ ਰਹੇ। ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਬੜਿੰਗ ਨੇ, ਉਹਨਾਂ ਦਾ ਵਰਚਸਵ ਹੈ ਪੂਰਾ, ਉਹਨੂੰ ਤੁਸੀਂ ਕਿਸ ਤਰ੍ਹਾਂ ਕਿੱਦਾਂ ਤੋੜੋਗੇ ਉੱਥੇ? ਦੇਖੋ ਜੀ, ਮਾਨ ਸਰਕਾਰ ਦੇ ਕੰਮਾਂ ਨੇ ਤੋੜਨਾ, ਅਤੇ ਮੈਂ ਇਕੱਲਾ ਤਾਂ ਕੀ ਹਾਂ, ਸਾਰੇ ਰਲ ਮਿਲ ਕੇ ਜਿਹੜੇ ਵੀ ਕੰਮ ਕਰਦੇ ਆ, ਲੋਕਾਂ ਨੇ ਫਤਵਾ ਦੇਣਾ ਜੀ, ਲੋਕਾਂ ਦੇ ਕੰਮ ਹੋਏ ਨੇ ਤਾਂ ਲੋਕ ਜ਼ਰੂਰ ਹੱਕ 'ਚ ਭੁਗਤਣਗੇ। ਅਤੇ ਤੁਸੀਂ ਕਲਾਕਾਰ ਹੋ, ਅਤੇ ਆਪਣੇ ਜਿਹੜੇ ਸਰੋਤੇ ਨੇ, ਆਪਾਂ ਕੀ ਆਪਣੇ ਹਲਕੇ ਦੇ ਲੋਕ ਨੇ, ਉਹਨਾਂ ਵਾਸਤੇ ਕੋਈ ਗੀਤ ਗਾ ਕੇ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ? ਬਸ ਮੈਂ ਤਾਂ ਸ਼ੁਰੂ ਤੋਂ ਜਿਹੜਾ ਬਚਪਨ ਤੋਂ ਗੀਤ ਗਾਉਣਾ ਉਹੀ ਗਾਣਾ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਤੁਸੀਂ ਕੰਮੇ ਦੀ ਗੱਲ ਕੀਤੀ ਹੈ, ਆਪਾਂ ਜਿਹੜੇ ਕਹਿੰਦੇ ਹਾਂ ਕਿਸਾਨ ਅਤੇ ਮਜ਼ਦੂਰ ਜੀ, ਉਹ ਅੱਜ ਵੀ ਕੇਂਦਰ ਸਰਕਾਰ ਦੇ ਖਿਲਾਫ਼ ਧਰਨਾ ਲਗਾਉਣ ਜਾਂਦੇ ਆ, ਅਤੇ ਉਹਨਾਂ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਔਰ ਕਿਸ ਤਰ੍ਹਾਂ ਤੁਹਾਨੂੰ ਉੱਥੇ ਸਮਰਥਨ ਮਿਲ ਰਿਹਾ ਹੈਗਾ? ਦੇਖੋ ਜੀ, ਬਹੁਤ ਸਮਰਥਨ ਮਿਲ ਰਿਹਾ ਔਰ ਜਿਹੜੇ ਕਿਸਾਨ ਮਜ਼ਦੂਰ ਨੇ ਇਹ ਖਾਸ ਕਰਕੇ ਦੇਸ਼ ਦੀ ਆਰਥਿਕਤਾ ਦਾ ਧੁਰਾ ਨੇ ਜੀ। ਜੇ ਕਿਸਾਨ ਖੁਸ਼ ਹੈ, ਮਜ਼ਦੂਰ ਖੁਸ਼ ਹੈ, ਤਾਂ ਸਮਝ ਲਓ ਪੂਰਾ ਮੁਲਕ ਖੁਸ਼ ਹੈ, ਪੂਰਾ ਦੇਸ਼ ਖੁਸ਼ ਹੈ। ਅਤੇ ਇਹਨਾਂ ਦੀ ਖੁਸ਼ੀ, ਪਹਿਲੀ ਖੁਸ਼ੀ ਹੈ ਕਿ ਇਹਨਾਂ ਨੂੰ ਸਰਕਾਰਾਂ ਜਿਹੜੀਆਂ ਸਾਡੀ ਸੈਂਟਰ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ, ਪਰ ਇਹਨਾਂ ਦਾ ਅਸੀਂ ਵੀ ਸਮਰਥਨ ਦੇਵਾਂਗੇ ਅਤੇ ਇਹ ਸਾਡਾ ਵੀ ਸਮਰਥਨ ਦੇ ਰਹੇ ਨੇ। ਕਾਂਗਰਸ ਦੀ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਅਤੇ ਉਹਨੂੰ ਲੈ ਕੇ ਤੁਸੀਂ ਫੜੇ ਵਿੱਚ ਵੀ ਗਏ ਹੋਣੇ ਆ, ਅਤੇ ਉਹਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਕਿਆ ਵਾਕਈ ਪੰਜਾਬ ਬਚਾਇਆ ਜਾ ਰਿਹਾ? ਦੇਖੋ ਜੀ, ਲੋਕਾਂ ਨੂੰ ਸਭ ਪਤਾ ਕਿ ਕੌਣ ਪੰਜਾਬ ਬਚਾ ਰਿਹਾ ਅਤੇ ਕੌਣ ਪੰਜਾਬ ਨੂੰ ਖਾ ਰਿਹਾ, ਅਤੇ ਸਾਰਿਆਂ ਦੇ ਆਪੋ ਆਪਣੇ ਅਧਿਕਾਰ ਨੇ ਜੀ। ਸਾਰਿਆਂ ਨੇ ਆਪੋ ਆਪਣੇ ਪ੍ਰਚਾਰ ਕਰਨ ਦੇ ਤਰੀਕਾ, ਸਾਰਿਆਂ ਨੇ ਵੱਢਣਾ ਜਾਂ ਹਰ ਇੱਕ ਨੇ ਆਪਣਾ ਆਪਣਾ, ਅਸੀਂ ਆਪਣਾ ਕਰ ਰਹੇ ਹਾਂ ਆਪਣਾ ਕਰ। ਆਪਣੇ ਹਲਕੇ ਲੋਕਾਂ ਤੋਂ, ਸਾਡੇ ਜੀ ਮੀਡੀਆ ਵੱਲੋਂ ਤੁਸੀਂ ਕੋਈ ਮੰਚ ਤੋਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ, ਕੋਈ ਉਹਨੂੰ ਸੁਝਾਅ ਦੇਣਾ ਚਾਹੁੰਦੇ ਹੋ? ਬਸ ਇਹੀ ਹੈ ਜੀ ਕਿ ਮੈਂ ਤੁਹਾਡੇ ਇਲਾਕੇ ਦੇ ਵਿੱਚ ਆਇਆ ਉਮੀਦਵਾਰ ਬਣ ਕੇ ਆਪ ਪਾਰਟੀ ਤੋਂ, ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੇ ਮੇਰੇ ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ ਕਿ ਵੱਧ ਤੋਂ ਵੱਧ ਵੋਟਾਂ ਪਾਓ ਔਰ ਜਿਹੜੀਆਂ ਵੀ ਤੁਹਾਡੀਆਂ ਆਸਾਂ ਉਮੀਦਾਂ ਨੇ ਮੈਂ 100% ਉਹਨਾਂ 'ਤੇ ਖਰਾ ਉਤਰੂੰਗਾ। ਅਨਮੋਲ ਜੀ, ਜੀ ਮੀਡੀਆ ਨਾਲ ਗੱਲ ਕਰਨੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਭਾਅ ਜੀ, ਥੈਂਕ ਯੂ। ਇਹ ਸੀ ਆਪਣੇ ਫਰੀਦਕੋਟ ਤੋਂ ਉਮੀਦਵਾਰ ਨੇ ਕਰਮਜੀਤ ਸਿੰਘ ਅਨਮੋਲ, ਜਿਹੜੇ ਕਿ ਸਪਸ਼ਟ ਗੱਲ ਕਹਿੰਦੇ ਨੇ ਕਿ ਮੈਂ ਬਿਲਕੁਲ ਆਇਆ ਲੋਕਾਂ ਦੀ ਸੇਵਾ ਕਰਨ ਵਾਸਤੇ ਆਇਆ। ਅਤੇ ਭਗਵੰਤ ਸਿੰਘ ਮਾਨ ਜਿਹੜੇ ਨੇ ਉਹਨਾਂ ਨਾਲ ਕਾਫੀ ਸਮੇਂ ਤੋਂ ਕੰਮ ਕਰਦੇ ਨੇ, ਪਰ ਹੁਣ ਆਉਣ ਵਾਲੇ ਟਾਈਮ 'ਚ ਪਤਾ ਚੱਲੇਗਾ ਕਿ ਜੋ ਲੋਕ ਨੇ ਉਸ ਤਰ੍ਹਾਂ ਦੇ ਉੱਥੇ ਅਤੇ ਉਹ ਕਿਸ ਤਰ੍ਹਾਂ ਦੇ, ਕਿਉਂਕਿ 3 ਕਲਾਕਾਰ ਉੱਥੇ ਇਸ ਟਾਈਮ ਜਿਹੜੇ ਨੇ ਮੌਜੂਦ ਦਿਖਾਈ ਦਿੰਦੇ ਨੇ। ਪਰ ਇਸ ਵਾਰੀ ਜਿਹੜੀ ਸੀਟ ਹੈ ਇਹ ਕਲਾਕਾਰਾਂ ਦੀ ਸੀਟ ਬਣਦੀ ਜਾ ਰਹੀ ਹੈ, ਪਰ ਕੀ ਲੋਕਾਂ ਦਾ ਰੁਝਾਨ ਰਹੇਗਾ ਇਹ ਆਉਣ ਵਾਲੀ ਜਿਹੜੀ ਹੈਗੀ 4 ਜੂਨ ਨੂੰ ਪਤਾ ਚੱਲ ਜਾਏਗਾ। ਪਰ ਇਹ ਗੱਲ ਸਾਫ਼ ਹੈ ਕਿ ਪੂਰਾ ਮਾਮਲਾ ਇਸ ਟਾਈਮ ਭਖਿਆ ਹੋਇਆ।